ਜੁਗ ਜੁਗ ਹਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਗ ਜੀ ਗੋਦਾਨੰਦ ਮੰਨ ਦੇ ਗੁਰੂ ਰੂਪਿਆਰੀ ਸਤ ਸੰਗਤ ਜੀਓ ਆ ਮੰਨ ਬਿਰਤੀਆਂ ਕਾ ਅਗਰ ਕਰੀਏ ਗੁਰੂ ਚਰਨਾਚਲ ਬਗੇ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਆ ਮੰਨ ਬਿਰਤੀਆਂ ਕਾ ਅਗਰ ਕਰਦੇ ਆ ਗੱਜ ਕੇ ਬੋਲਣਾ ਜੀ ਉਹ ਆ ਗੁਰੂ ਜੀ ਕਾ ਖਾਲਸਾ ਉਹ ਆ ਗੁਰਜ ਕੀ ਫਤਿਹ ਗੁਰੂ ਰੂਪਿਆਰਿਓ ਮੁੜ ਪਾਗੇ ਹਾਂ ਕਰਮਾ ਵਾਲੇ ਹਾਂ ਜਿਨ੍ਹਾਂ ਤੂਸਾ ਕਾਲ ਭੁਖ ਦੀ ਰਹਿਮਤ ਸਦਕਾ ਉਸ ਅਕਾਲ ਭੁਖ ਦੀ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ ਉਹ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿਹਤ ਲੈਂਦੇ ਆ ਗੁਰੂ ਪਿਆਰਿਓ ਇਹ ਸਮਾਂ ਲੈਣ ਲਈ ਪਤਾ ਨਹੀਂ ਆਪਾਂ ਕਿੰਨੇ ਕਿਤਲੇ ਕੱਢੇ ਹੋਣੇ ਆ ਪਤਾ ਨਹੀਂ ਆਪਾ ਕਿੰਨੇ ਖਾੜੇ ਕੱਢੇ ਹੋਣੇ ਉਸ ਪਰਮਾਤਮਾ ਦੇ ਚਰਨਾਂ 'ਚ। ਜੇ ਦ ਬਾਣੀ ਪੜਦੇ ਹੋ। ਬਾਣੀ ਪੜਨ ਲੱਗਾ ਗੁਰੂ ਦੇ ਹੋ ਕੇ ਪੜਿਆ ਕਰੋ। ਝੂਠੀਆਂ ਮੰਗਾ ਸੰਸਾਰ ਦੀਆਂ ਦਾਤਾ ਤੱਕ ਕਿਸੇ ਮਤਲਬ ਕੋਈ ਬਾਣੀ ਨਹੀਂ ਬਣਨੀ। ਗੁਰੂ ਦੇ ਹੋ ਕੇ ਬਾਣੀ ਪੜੋ ਤੇ ਆਪ ਜੀ ਨੂੰ ਸੋਝੀ ਆਊਗੀ। ਆਪ ਜੀ ਨੂੰ ਪਤਾ ਲੱਗੂਗਾ। ਕਿ ਵਾਕੇ ਗੱਲ ਸੱਚ ਹੈ। ਅਸੀਂ ਪਤਾ ਨਹੀਂ ਪਰਮਾਤਮਾ ਚਰਨਾਂ ਚ ਕਿੰਨੀਆਂ ਬੇਨਤੀਆਂ ਕੀਤੀਆਂ ਕਿ ਪਰਮਾਤਮਾ ਛੜ ਦੀ ਕਿਰਪਾ ਕਰੋ ਸਾਨੂੰ ਸਮਾਂ ਬਖਸ਼ਿਸ਼ ਕਰੋ ਸਾਨੂੰ ਸਰੀਰ ਬਖਸ਼ਿਸ਼ ਕਰੋ ਸਾਨੂੰ ਉਹ ਜਨਮ ਬਖਸ਼ਿਸ਼ ਕਰੋ ਜਿਸ ਜਨਮ ਵਿੱਚ ਪਹੁੰਚ ਕੇ ਅਸੀਂ ਆਪਣੇ ਆਪ ਦੀ ਪਛਾਣ ਕਰ ਸਕਾਂਗੇ ਜਿਸ ਸਰੀਰ ਵਿੱਚ ਪਹੁੰਚ ਕੇ ਅਸੀਂ ਵਾਪਸ ਘਰ ਆ ਸਕਾਂਗੇ ਕਰੋ ਕਿਰਪਾ ਸਨੁ ਵਾਰੀ ਦਿਓ ਕਰਮਹੀਨ ਤਨ ਕਰੇ ਬੇਨਤੀ ਕਦ ਨਾਨਕ ਅਵੇ ਬਾਰੀ ਕਿ ਪ੍ਰਮਾਤਮਾ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਅਸੀਂ ਕਰਮਾਂ ਤੋਂ ਸਖਣੇ ਆਂ ਉਹਨਾਂ ਕਰਮਾਂ ਤੋਂ ਹਿਣੇ ਆਂ ਜਿਨ੍ਹਾਂ ਕਰਮਾਂ ਦੇ ਕਰਨ ਕਰਕੇ ਤੇ ਵਾਰੀ ਮਿਲਦੀ ਆ ਸਾਨੂੰ ਤੇ ਪਤਾ ਹੀ ਨਹੀਂ ਕਿ ਸਾਡੇ ਉਹ ਕਰਮ ਬਣਗੇ ਕਿ ਨਹੀਂ ਬਣਗੇ ਉਹ ਤੇ ਪ੍ਰਮਾਤਮਾ ਆਪ ਜੀ ਨੂੰ ਪਤਾ ਹੈ ਤੇ ਸਾਡੇ ਉਹ ਕਰਮ ਬਣਦੇ ਨਹੀਂ ਆ ਤੇ ਕਿਰਪਾ ਕਰਕੇ ਫਿਰ ਸਾਡੀ ਵਾਰੀ ਕਦੋਂ ਆਊਗੀ ਹੁੰਤੇ ਅੰਧੇਨ ਵਾਲੀ ਗੱਲ ਐ ਜਦੋਂ ਮਨੁੱਖ ਸਰੀਰ ਵਿੱਚ ਪਹੁੰਚਦਾ ਇਹ ਮਨ ਤੇ ਗੁਰੂ ਚਰਨਾਂ ਵਿੱਚ ਪਹੁੰਚਣ ਦੇ ਬਾਅਦ ਇਸ ਮਨ ਨੂੰ ਇੱਕ ਦਾਤ ਮਿਲਦੀ ਹੈ ਇਸ ਮਨ ਨੂੰ ਇੱਕ ਦਾਤ ਮਿਲਦੀ ਹੈ ਕਿ ਐਸੀ ਦਾਤ ਮਿਲਦੀ ਹੈ ਮਨ ਨੂੰ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਤੇ ਪਹੀ ਪ੍ਰਾਪਤ ਮਾਨੁਖ ਦਿਉਰੀਆ ਗੋਬਿੰਦ ਮਿਲਨ ਕੀ ਤੇ ਤੇਰੀ ਬਰੀਆ ਇਹ ਦਾਤ ਆ ਜਦੋਂ ਮਨ ਮਨੁਖ ਸ੍ਰੀਚ ਚ ਆਉਂਦਾ ਤੇ ਗੁਰੂ ਸਾਹਿਬਾਂ ਨੇ ਸਤਮਨ ਨੂੰ ਸਰੀਰ ਵਿੱਚ ਆਉਣ ਦੇ ਬਾਅਦ ਇਹ ਗੱਲ ਦੱਸਦੇ ਆ ਜਿਹੜੀ ਇਹਨੂੰ ਨਹੀਂ ਪਤਾ ਧਿਆਨ ਦੇਣ ਵਾਲੀ ਗੱਲ ਆ ਕਿ ਗੁਰੂ ਸਾਹਿਬਾਂ ਦੱਸਣ ਲੱਗੇ ਗੁਰੂ ਸਾਹਿਬਾਂ ਪਛੋਕੜ ਵੀ ਜਾਣਦੇ ਸੀ ਉਹਨੂੰ ਪਤਾ ਸੀ ਕਿ ਪਿੱਛੇ ਕੀ ਮੰਗਦਾ ਹੁੰਦਾ ਸੀ ਕਹਿੰਦੇ ਪਿੱਛੇ ਵਾਰੀ ਮੰਗਦਾ ਹੁੰਦਾ ਸੀ ਇਹ ਤੈਨੂੰ ਕਮਲੇ ਨੂੰ ਪਤਾ ਹੀ ਨਹੀਂ ਕਿ 88 ਲੱਖ ਜੂਨ ਦੇ ਵਿੱਚ ਜਿਹੜਾ ਮਨੁੱਖੀ ਸਰੀਰ ਹੈ ਨਾ ਇਹ ਪਰਮਾਤਮਾ ਚਲੀ ਜਾਣ ਹੋਂ ਦੀ ਵਾਰੀ ਹੈ ਇਹਨੂੰ ਪਤਾ ਹੀ ਨਹੀਂ ਫਿਰ ਗੁਰੂ ਸਾਹਿਬ ਬਣੋੜਾ ਮੰਨਿਆ ਨਾ ਉਹਨੂੰ ਦੱਸਣ ਲੱਗੇ ਕਹਿੰਦੇ ਉਹ ਗੱਲ ਸੁਣ ਭਈ ਪ੍ਰਾਪਤ ਮਨ ਖੁਦ ਹੋਰੀਆ ਕਹਿੰਦੇ ਮਨਾ ਤਨ ਮਨੁੱਖ ਦਾ ਸਿਰ ਪ੍ਰਾਪਤ ਹੋ ਗਿਆ ਕਰੀ ਹੋ ਗਿਆ ਮੰਨ ਗਿਆ ਮਿਲ ਗਿਆ ਕਹਿੰਦੇ ਫਿਰ ਆ ਮੈਂ ਤੈਨੂੰ ਦੱਸਾਂ ਪਿਛਲੇ ਜਨਮਜ ਤੋਂ ਪੁਕਾਰ ਕਰਦਾ ਹੁੰਦਾ ਸੀ ਕਿ ਮੇਰੀ ਵਾਰੀ ਕਦੋਂ ਆਊਗੀ ਤੇ ਇਹੜਾ ਜਨਮ ਹੈ ਨਾ ਜਿਹੜਾ ਸਰੀਰ ਤੈਨੂੰ ਮਿਲਿਆ ਇਹ ਉਹ ਵਾਅਦਾ ਤੇ ਉਹ ਸਮਾਂ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਕਹਿੰਦੇ ਉਸ ਪ੍ਰਮਾਤਮਾ ਨਾਲ ਮਿਲਣ ਦੀ ਹੈ ਤੇਰੀ ਵਾਰੀ ਹੈ ਪਤਾ ਨਹੀਂ ਸੀ ਕਮਲੇ ਨੂੰ ਧਿਆਨ ਦੇਣ ਵਾਲੀ ਗੱਲ ਆ ਕਿਸੇ ਜਨਮਦਰ ਗੁਰੂ ਨਹੀਂ ਹੈ ਸਵੈ ਮਨੁੱਖ ਤੂੰ ਉਹਦਾ ਕਾਰਨ ਹੈ ਕੋਈ ਉਦੋਂ ਕਾਰਨ ਕੀ ਹੈ ਕਿ ਉਹਨਾਂ ਜਨਮਾਂ ਅੰਦਰ ਨਾ ਤੇ ਸੋਝੀ ਦੀ ਲੋੜ ਸੀ ਇਹਨੂੰ ਤੇ ਨਾ ਹੀ ਉਹਨਾਂ ਜਨਮਾਂ ਦੇ ਅੰਦਰ ਇਹ ਆਪਣੇ ਪਾਪ ਧੋ ਸਕਦਾ ਸੀ ਤੇ ਨਾ ਹੀ ਉਹਨਾਂ ਜਨਮਾਂ 'ਚ ਆਪਣੀ ਪਛਾਣ ਕਰ ਸਕਦਾ ਸੀ ਇਸ ਕਰਕੇ ਉੱਥੇ ਗੁਰੂ ਦੀ ਲੋੜ ਨਹੀਂ ਪਈ ਜਦੋਂ ਮਨੁੱਖ ਸੀ 'ਚ ਪਹੁੰਚਿਆ ਤੇ ਜਨਮ ਮਿਲਿਆ ਹੀ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਹੈ ਜਨਮ ਮਿਲਿਆ ਇਹਨੂੰ ਆਪਣੇ ਪਾਪ ਧੋਣ ਲਈ ਇੱਥੇ ਫਿਰ ਇਹਨੂੰ ਗੁਰੂ ਦੀ ਲੋੜ ਪਈ ਤੇ ਗੁਰੂ ਪਹੁੰਚ ਗਏ ਉਹ ਧਿਆਨ ਦੇਣ ਵਾਲੀਆਂ ਗੱਲਾਂ ਨੇ ਸਿਰਫ ਸਮਝਣ ਵਾਲੀਆਂ ਗੱਲਾਂ। ਜਦੋਂ ਜਦ ਮੈਨੂੰ ਗੁਰੂ ਮਿਲਿਆ ਗੁਰੂ ਨੇ ਮੈਨੂੰ ਦੱਸਿਆ ਕਿ ਅਸੀਂ ਵਿਚਾਰ ਨਹੀਂ ਕੀਤੀ। ਅਸੀਂ ਗੁਰੂ ਕੋਲ ਗਏ। ਗੁਰੂ ਚਰਨਾਂ 'ਚ ਬੈਠੇ। ਸੇਵਾ ਕੀਤੀ ਸਭ ਕੁਝ ਕੀਤਾ। ਪਰ ਨਹੀਂ ਲਿਆ ਤੇ ਗੁਰੂ ਚਰਨਾਂ 'ਚ ਸੋਝੀ ਨਹੀਂ ਲਈ। ਤਾਂ ਗੁਰੂ ਅਰਜਨ ਦੇ ਪਛਾ ਮੈਂ ਨਾਨਕ 453 ਅੰਗ ਦੇ ਉੱਤੇ ਦੱਸਣ ਲੱਗੇ ਕਹਿੰਦੇ ਵੀ ਗੁਰੂ ਨੂੰ ਮਿਲਣਾ ਕੀ ਅਸਲ ਚ ਤੇ ਬੜੇ ਪਿਆਰ ਨਾਲ ਕਹਿਣ ਲੱਗੇ ਕਹਿੰਦੇ ਸਰਸ ਅੜੇ ਸਰਸ ਅੜੇ ਮੇਰੇ ਭਾਈ ਸਭ ਮੀਤाराम ਧਿਆਨ ਦਿਓ ਉਹਨਾਂ ਪਰ ਉਹ ਇਦਾਂ ਪੜਦੇ ਆ ਸਰਸੜੇ ਸਰਸੜੇ ਸਮਝ ਨਹੀਂ ਲੱਗਦੀ ਅਸਲ ਜਗਹ ਸਰਸ ਅੜੇ ਸਾ रस सादा मतलब वैसे ही रस दा भाव की आत्मिक आनंद तन्न गुरुजन दे पछक कहने लगे कंदे ਵੀ ਗੁਰੂ ਨੂੰ ਮਿਲ ਕੇ ਨਾ ਮੈਨੂੰ ਬੜਾ ਕੁਝ ਮਿਲਿਆ ਅੱਛਾ ਕੀ ਮਿਲਿਆ ਆਪ ਜੀ ਨੂੰ ਕਹਿੰਦੇ ਗੁਰੂ ਦੀ ਬਖਸ਼ਿਸ਼ ਨਾਲ ਹੀ ਮੈਂ ਗੁਰੂ ਕੋਲੋਂ ਗੁਰ ਲਿਆ ਤੇ ਗੁਰ ਲੈ ਕੇ ਮੈਂ ਇੱਥੇ ਤੱਕ ਪਹੁੰਚਿਆ ਧਿਆਨ ਦੇਣਾ ਸਾ ਰਸ ਅੜੇ ਕਹਿੰਦੇ ਅੱਜ ਮੇਰੇ ਅੰਦਰ ਪੂਰਨ ਆਤਮਿਕ ਆਨੰਦ ਪੈਦਾ ਹੋ ਗਿਆ ਉਹ ਰਸ ਪੈਦਾ ਹੋ ਗਿਆ ਜਿਸ ਰਸ ਲਈ ਮੈਂ ਗੁਰੂ ਚਰਨਾਂ ਚ ਜੁੜਿਆ ਹਾਂ ਉਹ ਰਸ ਮੈਨੂੰ ਮਿਲ ਗਿਆ ਸਰਸੜੇ ਸਰਸੜੇ ਮੇਰੇ ਭਾਈ ਹੁਣ ਮੇਰੇ ਭਾਈ हे ਮੇਰੇ ਮਿੱਤਰ ਸੰਸਾਰ ਨੂੰ ਕਹਿ ਰਹੇ ਠੀਕ ਹੈ ਮੇਰੇ ਭਾਈ ਸਭ ਮੀਤਾ RAM ਸਭ ਮੀਤਾ ਹੁਣ ਸਭ ਅਖਰ ਲਾਉਣ ਦੀ ਲੋੜ ਪੈ ਗਈ ਉਹਨਨੂੰ ਤੇ ਆਂਦਣਾ ਸਭ ਅਖਰ ਤਾਂ ਉਹਨਾਂ ਲਈ ਸਭ ਮਿੱਤਾ RAM ਕਹਿੰਨ ਕਿ ਇਹ ਜਿਹੜਾ ਰਸ ਮੈਨੂੰ ਮਿਲਿਆ ਨਾ ਜਿਹੜਾ ਮੈਨੂੰ ਪੂਰਨ ਖੜਾਓ ਮੇਰੇ ਅੰਦਰ ਮੈਨੂੰ ਮਿਲਿਆ ਇਹਦੇ ਨਾਲ ਕੀ ਹੋਇਆ ਕਿ ਜਿੰਨੇ ਮੇਰੇ ਗਿਆਨ ਇੰਦਰੀ ਹਨ ਨਾ ਇਹਨਾਂ ਦੀ ਤੇ ਮੇਰੀ ਆਪਸ ਚ ਬੰਦੀ ਨਹੀਂ ਸੀ ਪਹਿਲਾਂ ਇਹ ਗਿਆਨ ਇੰਦਰੀ ਮੈਨੂੰ ਕਿਸੇ ਪਾਸੇ ਲਿਜਾਦੇ ਸੀ ਤੇ ਮੈਂ ਕੋਸ਼ਿਸ਼ ਕਰਦਾ ਹੁੰਨਾ ਸੀ ਭਈ ਯਾਰ ਇਦਾਂ ਨਾ ਕਰੋ ਇਹ ਵੀ ਦੇਖਿਓ ਤੁਹਾਡੇ ਆਪਣੇ ਮਨ ਦੇ ਖਿਆਲ ਹੁੰਦੇ ਨੇ ਤੁਹਾਡੀ ਅੱਖਾਂ ਦੇ ਨਾਲ ਤੁਸੀਂ ਕਿਸੇ ਨੂੰ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਵੀ ਬੰਦਾ ਚੰਗਾ ਨਹੀਂ ਤੁਸੀਂ ਕਿਤੇ ਪਾਟੇ ਕੱਪੜੇ ਪਾਏ ਵੇਖ ਕੇ ਅੰਦਾਜ਼ਾ ਜਿਹਾ ਲਾ ਲੈਂਦੇ ਚੋਰ ਲੱਗਦਾ ਠੀਕ ਹੈ ਪਾਟੇ ਦੇ ਕੱਪੜੇ ਪਾਏ ਚੋਰ ਲੱਗਦਾ ਤੁਹਾਡੇ ਮਨ ਚੋਂ ਆਵਾਜ਼ ਆਉਂਦੀ ਹੈ ਵੀ ਜ਼ਰੂਰੀ ਹੈ ਪਾਟੇ ਕੱਪੜੇ ਪਾਉਣ ਦੇ ਚੋਰੀ ਹੋ ਸਕਦੇ ਪਰ ਮਨ ਕਹਿੰਦਾ ਕਿ ਜਰੂਰੀ ਚ ਹੋ ਰਿਹਾ ਹੈ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਗਿਆਨ ਇੰਦਰੇ ਤੇ ਤੁਹਾਡੇ ਮਨ ਦੀ ਆਪਸ ਚ ਬੰਦੀ ਨਹੀਂ ਬਈ ਜਿੱਥੇ ਗੁਰੂ ਅਜਨ ਦੇ ਪਾਛਾ ਪਤਾ ਕੀ ਕਹਿੰਦੇ ਕਹਿੰਦੇ ਕਮਾਲ ਹੋ ਗਈ ਜਦੋਂ ਮੇਰੇ ਆਪਣੇ ਅੰਦਰ ਉਹ ਆਨੰਦ ਪੈਦਾ ਹੋਇਆ ਨਾ ਸਾਰ ਰਸ ਵੈਸਾ ਹੀ ਆਨੰਦ ਵੈਸਾ ਹੀ ਰਸ ਪੈਦਾ ਹੋਇਆ ਨਾ ਕਹਿੰਦੇ ਫਿਰ ਕੀ ਫਰਕ ਪਿਆ ਕਹਿੰਦੇ ਫਰਕ ਹੀ ਪਾਣਾ ਮੇਰੇ ਭਾਈ ਕਹਿੰਦੇ ਹੈ ਮੇਰੇ ਮਿੱਤਰੋ ਸਭ ਮੀਤਾਂ ਰਾਮ ਕਹਿੰਦੇ ਮੇਰੇ ਗਿਆਨ ਇੰਦਰੀ ਹੀ ਮੇਰੇ ਮਿੱਤਰ ਬਣ ਗਏ ਮਿੱਤਰ ਦਾ ਭਾਵ ਕੀ ਹੈ ਕਦੀ ਦੇਖਣਾ ਦੋ ਬੰਦਿਆਂ ਦੇ ਆਪਸ ਵਿੱਚ ਵਿਚਾਰ ਰਲਣ ਲੱਗ ਪੜਨਾ ਤਾਂ ਕੀ ਕਹੀਦਾ ਉੱਠ ਕੇ ਭਾਈ ਸਾਹਿਬ ਤੁਸੀਂ ਤੇ ਮੇਰੇ ਮਿੱਤਰ ਹੀ ਲੱਗਦੇ ਹੋ ਵਿਚਾਰ ਰਲਦੇ ਪਏ ਖਿਆਲਤ ਰਲਦੇ ਆ ਤੁਸੀਂ ਤੇ ਭਾਈ ਮੇਰੇ ਮਿੱਤਰ ਹੀ ਲੱਗਦੇ ਹੋ ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਕਿ ਲੱਗ ਕਿ ਜਦੋਂ ਮੇਰੇ ਗਿਆਨ ਇੰਦਰੀਆਂ ਦੇ ਤੇ ਮੇਰਾ ਸੁਭਾਰ ਆਪਸ ਵਿੱਚ ਇਕਮਿਕ ਹੋ ਗਿਆ ਰਲਣ ਲੱਗ ਪਿਆ ਕਹਿੰਦਾ ਭਾਵ ਕਿ ਜਿਹੜੀ ਗੱਲ ਮੇਰੇ ਮਨ ਵਿੱਚ ਆਉਂਦੀ ਓਹੀ ਮੇਰੇ ਗਿਆਨਿੰਦਰਾ ਚ ਆਉਣ ਲੱਗ ਪਈ ਹੁਣ ਹੁਣ ਮੇਰੀਆਂ ਅੱਖਾਂ ਵੇਖਦੀਆਂ ਕਿਸੇ ਨੂੰ ਤੇ ਕੀ ਕਹਿੰਦੀਆਂ ਕਹਿੰਦੇ ਰੱਬ ਦਾ ਪਿਆਰਾ ਹੀ ਹੈ ਰੱਬ ਦਾ ਪਿਆਰਾ ਹੀ ਹੈ ਅੱਗੇ ਮਨ ਚ ਆਉਂਦਾ ਸੀ ਚੋਰ ਹੋਣਾ ਤੇ ਦਿਲ ਕਰਦਾ ਸੀ ਉਹ ਤੋਂ ਦੂਰ ਹੋਣ ਨੂੰ ਕਿ ਕੁਝ ਖੋਹ ਨਾ ਲਵੇ ਤੇ ਹੁਣ ਮੇਰੇ ਅੰਦਰ ਦੇ ਵਿਚਾਰ ਤੇ ਮੇਰੀਆਂ ਅੱਖਾਂ ਦੇ ਵਿੱਚ ਆਰ ਰਲ ਗਏ ਆ ਤੇ ਮੈਨੂੰ ਕੀ ਲੱਗਦਾ ਤੇ ਮੈਂ ਤੇ ਲੱਗ ਰਿਹਾ ਹਾਂ ਹੋ ਸਕਦਾ ਹੈ ਕਿ ਮੈਨੂੰ ਮੰਗਤਾ ਲੱਗਦਾ ਹੋ ਸਕਦਾ ਮੇਂਦੀ ਝੋਲੀ ਭਰ ਜਾ ਕਿਤੇ ਦੇ ਦੇ ਮੈਨੂੰ ਕੁਝ ਗੁਰੂ ਪੈਰੋਂ ਸੋਚਣ ਵਾਲੀ ਗੱਲ ਹੈ ਅਸੀਂ ਦਾਤ ਨੂੰ ਵੱਡਾ ਮੰਨ ਬੈਠੇ ਹਾਂ ਕਿ ਕੋਈ ਰੁਪਈਆ ਦਿੱਲੇ ਦੇ ਜੇ ਕੋਈ 4 ਪੈਸੇ ਦੇ ਜAVE ਤੇ ਬੜੀ ਵੱਡੀ ਗੱਲ ਹੈ ਗੁਰੂ ਪੈਰੋਂ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਕੋਈ ਗਿਆਨ ਦੀ ਦਾਤ ਦੇ ਜਾਵੇ ਨਾ 1 ਰੁਪਇਆ ਨਾ ਦੇਵੇ ਚਾਰ ਗਾਲਾਂ ਵੀ ਕੱਢ ਜਾਵੇ ਤੇ ਤੂੰ ਇੱਕ ਗਿਆਨ ਦੀ ਗੱਲ ਦੱਸ ਜਾਵੇਂ ਕਿਤੇ ਸਭ ਤੋਂ ਵੱਡੀ ਦਾਤ ਹੈ ਸਭ ਤੋਂ ਵੱਡੀ ਦਾਤ ਪਰ ਸਾਡੇ ਪਤਾ ਮਨ ਚ ਕੀ ਹੈ ਕੀ ਫਾਇਦਾ ਮਿਲਿਆ ਉਹਨੇ ਦਿੱਤਾ ਤੇ ਕੁਝ ਆਈ ਨਹੀਂ ਦੋ ਗੱਲਾਂ ਸੁਣਾ ਕੇ ਚਲਾ ਗਿਆ ਗੁਰੂ ਪਿਆਰਿਓ ਉਹਨਾਂ ਗੱਲਾਂ ਨੂੰ ਨਿਚੋੜਿਓ ਭਣਾ ਤੇ ਵਿੱਚੋਂ ਕੁਝ ਨਿਕਲਦਾ ਦੇ ਨਿਕਲ ਜਾਵੇ ਨਾ ਉਹਦੇ ਨਾਲ ਝੋਲੀ ਭਰ ਲਿਓ ਜੇ ਵੱਡੀ ਦਾਤ ਜਿਹੜੀ ਉਹ ਗਿਆਨ ਹੈ ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ ਕਿੜੀ ਆਪਾਂ ਪੰਕਤੀ ਪੜਦੇ ਆਂ ਕੌਣ ਵੱਡਾ ਮਾਇਆ ਵਿੜਈ ਸੋ ਵੱਡਾ ਜਿਨ ਰਾਮ ਨੇ ਬਲਾਈ ਵੱਡਾ ਕੀ ਏ ਵੱਡਾ ਬਲ ਆ ਤਾਕਤ ਆ ਵੱਡੇ ਵੱਡੇ ਜੋ ਦਿਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋ ਕਿਹੜੇ ਵੱਡੇ ਵੱਡੇ ਲੋਗ ਆਪਾਂ ਨੇ ਉਹ ਜੀ ਕਹਤਾ ਜਿਹੜੇ ਅਮੀਰ ਲੋਗ ਦਸਣਦੇ ਨੇ ਚਿੰਤਾ ਕੱਲੀ ਅਮੀਰਾਂ ਨੂੰ ਲੱਗੀ ਹੈ ਚਿੰਤਾ ਅਮੀਰਾਂ ਨੂੰ ਲੱਗੀ ਹੈ ਦੋਨਾਂ ਨੂੰ ਲੱਗੀ ਹੈ ਜੇਕਰ ਬਹੁਤ ਕਿਸੇ ਗੜਾ ਚਿੰਤਾ ਜਿਸ ਕਰਾ ਥੋੜੀ ਸੁਫਰੇ ਪਰ ਬੰਨਤਾ ਕਹਿੰਦਾ ਜੇਸੇ ਗਾ ਚ ਬਹੁਤ ਦਾ ਠਿਕਾ ਨਹੀਂ ਉਹ ਜਨਤਾ ਲੱਗੀ ਜਿਹਦੇ ਕੋਲ ਨਹੀਂ ਉਹ ਭਜਦਾ ਭਟਕਦਾ ਫਿਰਦਾ ਵੀ ਕਿੱਦਾਂ ਇਕੱਠੀ ਹੋਣੀ ਸੋ ਧਿਆਨ ਦੇਣ ਵਾਲੀ ਗੱਲ ਹੈ ਚਿੰਤਾ ਸਾਰਿਆਂ ਨੂੰ ਲੱਗੀ ਆ ਵੱਡਾ ਕੌਣ ਹੈ ਫਿਰ ਧਿਆਨ ਦੇਣ ਵਾਲੀ ਗੱਲ ਹੈ ਵੱਡੇ ਵੱਡੇ ਚ ਹਿੱਸੇ ਲੋਕ ਕਹਿੰਦਾ ਜਿਹੜੇ ਵੱਡੇ ਵੱਡੇ ਲੋਕ ਦੱਸਣ ਨੇ ਨਾ ਅਮੀਰ ਅਮੀਰ ਲੋਕ ਉਹ ਵੱਡੇ ਅਮੀਰੀ ਨਹੀਂ ਹੈ ਵੱਡਾ ਬਲ ਆ ਤਾਕਤ ਤਾਂ ਨਾ ਆ ਵੱਡਾ ਕਿਹੜੀ ਵੱਡਾ ਧਿਆਨ ਦੇਣਾ ਪੁਰਸਪਣ ਕਹ ਲਗੇ ਵੱਡੇ ਵੱਡੇ ਚੋਦੀਸੇ ਲੋਕ ਕਹਿੰਦੇ ਜਿੰਨਾਂ ਲੋਕਾਂ ਦੇ ਅੰਦਰ ਇੱਕ ਤਾਕਤ ਪੈਦਾ ਹੋ ਗਈ ਹੈ ਬਲ ਤੈ ਪੈਦਾ ਹੋ ਗਿਆ ਕਿ ਵਿਢਾਈ ਪੈਦਾ ਹੋ ਗਈ ਹੈ ਕਿਹੜੀ ਉਹਨਾਂ ਨੂੰ ਸੰਸਾਰ ਚੰਗਾ ਲੱਗਦਾ ਹੈ ਨਿਰੰਕਾਰ ਚੰਗਾ ਨਹੀਂ ਲੱਗਦਾ ਵੱਡੇ ਵੱਡੇ ਚੋਦੀਸੇ ਲੋਕ ਤਿੰਨ ਕੋ ਵਿਅਪ ਹੈ ਚਿੰਤਰੂ ਕਹਿੰਦਾ ਜਿੰਨਾਂ 'ਚ ਇੱਕ ਵਿਢਾਈ ਪੈਦਾ ਹੋ ਗਈ ਇੱਕ ਬਲ ਪੈਦਾ ਹੋ ਗਿਆ ਤਾਕਤ ਪੈਦਾ ਹੋ ਗਈ ਹੈ ਕਿ ਸੰਸਾਰ ਚੰਗਾ ਲੱਗਦਾ ਪਰ ਨਿਰੰਕਾਰ ਚੰਗਾ ਨਹੀਂ ਲੱਗਦਾ ਕਹਿੰਦੇ ਇਹਨਾਂ ਨੂੰ ਚਿੰਤਾ ਦਾ ਰੋਗ ਲੱਗਾ ਰਹਿੰਦਾ ਇਹ ਚਿੰਤਾ ਜੀ ਰਹਿੰਦੇ ਆ ਜਾਂਦੇ ਨਾਲ ਹੀ ਗੱਲ ਆ ਇੱਕ ਚਿੰਤਨਾ ਇੱਕ ਚਿੰਤਾ ਆ ਜਿਹੜਾ ਸਮਾਂ ਬਤੀਤ ਕਰ ਰਹੇ ਆ ਜਦੋਂ ਉਹਨੂੰ ਯਾਦ ਕਰੀਏ ਤੇ ਚਿੰਤਨ ਹੁੰਦੀ ਹੈ ਜਦ ਦੀ ਯਾਦ ਆਉਂਦੀ ਹੈ ਜਿਹੜਾ ਸਮਾਂ ਆਇਆ ਨਹੀਂ ਹੈ ਉਹਨੂੰ ਯਾਦ ਕਰੀਏ ਤੇ ਚਿੰਤਾ ਹੁੰਦੀ ਹੈ ਸਾਡਾ ਕੀ ਹਾਲ ਆ ਸੀ ਚਿੰਤਾ ਚ ਖੁਬੇ ਕੀ ਗੱਲੋਂ ਪੀਰ ਫੁਲਾਣਾ ਕੰਮ ਨਹੀਂ ਬਣਿਆ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਚਿੰਤਾ ਲੱਗੀ ਗੁਰੂ ਸੱਭਨ ਆਪ ਜੀ ਨੂੰ ਸਮਝਾਉਣ ਲੱਗੇ ਕਹਿੰਦੇ ਪਾਈ ਗੱਲ ਸੁਣ ਮਨ ਬਿਰਤੀ ਬਣਾਉ ਕਹਿੰਦਾ ਕੈਸੀ ਬਣਾਵਾ ਕਹਿੰਦਾ ਚਿੰਤਾ ਨਾ ਕਰ ਨਾਨਕ ਚਿੰਤਾ ਮਤ ਕਰੋ ਕਹਿੰਦੇ ਕੱਲ ਤੇਰੇ ਨਾਲ ਕੀ ਹੋਣਾ ਕੱਲ ਤੈਨੂੰ ਕੀ ਦੇਣਾ ਕੀ ਤੇਰੇ ਲਈ ਚੀਜ਼ ਜ਼ਰੂਰੀ ਹੈ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਹ ਚਿੰਤਾ ਕਾਲਪੁਰਖ ਨੂੰ ਤੈਂਵੇਂ ਖੁਬਿਆ ਪਤਾ ਨਹੀਂ ਕੰਮ ਬਣਨਾ ਕਿ ਨਹੀਂ ਬਣਨਾ ਪਤਾ ਨਹੀਂ ਆ ਦੁੱਖ ਨੇ ਦੂਰ ਹੋਣਾ ਕਿ ਨਹੀਂ ਹੋਣਾ ਚਿੰਤਾ ਲਾ ਕੇ ਬੈਠਾ ਕੰਦਾ ਨਾ ਕਰੂੰ ਚਿੰਤਾ ਉਹਦੀ ਹੁਣ ਧਿਆਨ ਦਿਓ ਜਲ ਮੈਂ ਜੰਤੋਂ ਪਾਇਨ ਤਨਾ ਵੀ ਰੋਜੀ ਦੇ ਦੇ ਅੱਖਰ ਆ ਗਏ ਜਿਹੜੇ ਰੋਜੀ ਖਾ ਚੁੱਕੇ ਆ ਸੰਬੰਧਿਤ ਕਰ ਚੁੱਕੇ ਉਹਦੀ ਚਿੰਤਾ ਕਾਦੀ ਦਿਖਾ ਚੁੱਕੇ ਚਿੰਤਾ ਕਿਹਨਾਂ ਦੀ ਹੈ ਜਿੰਨਾ ਖਾਦੀ ਨਹੀਂ ਹੈ ਇਹਦਾ ਮਤਲਬ ਜੀਵ ਜੰਤੂ ਪਾਣੀ ਇੱਠਾਂ ਰਹਿਣ ਡੈ ਨੇ ਉਹਨਾਂ ਦੀ ਚਿੰਤਾ ਲੱਗੀ ਹੈ ਕਿਉਂਕਿ ਉਹਨਾਂ ਨੂੰ ਰੋਟੀ ਪਹੁੰਚਾਉਣੀ ਹੈ ਉਹਨਾਂ ਨੇ ਖਾਣੀ ਹੈ ਜੇ ਇਹਦਾ ਮਤਲਬ ਫਿਊਚਰ ਚਿੰਤਾ ਚ ਹੈ ਨਾ ਫਿਰ ਉਹਨਾਂ ਨੂੰ ਪਹੁੰਚਾਉਣਗੇ ਕਹਿੰਦੇ ਉਹਨਾਂ ਦੀ ਚਿੰਤਾ ਲੱਗੀ ਤੇਰੀ ਕਾਦੀ ਆਪਣੀ ਚਿੰਤਾ ਲਾ ਕੇ ਬਿਠਾ ਉਹਨੂੰ ਚਿੰਤਾ ਸਭ ਦੀ ਕੀ ਦੇਣਾ ਕੱਲ ਨੂੰ ਕੀ ਕਰਨਾ ਸਭ ਪਤਾ ਉਹਨੂੰ ਉਹਨਾਂ ਨੇ ਤਾਂ ਕਿਹਾ ਕਹਿੰਦੇ ਭਾਈ ਗੱਲ ਸੁਣੋ ਵੱਡੇ ਵੱਡੇ ਜੋ ਦਿਸੇ ਲੋਕ ਕਹਿੰਦਾ ਜਿੰਨੇ ਲੋਕ ਵੱਡੇ ਵੱਡੇ ਦਿਸਦੇ ਕਹਿੰਦਾ ਭਾਵਾ ਇਸ ਵਿਡਾਈ ਵਿੱਚ ਫਸੇ ਹੋਏ ਨੇ ਤੇ ਗੁਰੂ ਨੂੰ ਦਿਸਦੇ ਪਏ ਨੇ ਕਿਉਂਕਿ ਤੱਕ ਦਾ ਗੁਰੂ ਦੇ ਕੋਲ ਦੇਖਣ ਲਈ ਗੁਰੂ ਨੂੰ ਦਿਖਦੇ ਪੈਨ ਕੀ ਦਿਖਦਾ ਪਿਆ ਕਿ ਇਹ ਲੋਕ ਕਿੱਥੇ ਫਸਿਆ ਇਹਨਾਂ ਨੂੰ ਸੰਸਾਰ ਚੰਗਾ ਲੱਗਣ ਰਿਆ ਨਿਰੰਕਾਰ ਚੰਗਾ ਨਹੀਂ ਲੱਗਦਾ ਗੁਰੂ ਨੂੰ ਦਿਸਦਾ ਨਾ ਉਹਨਾਂ ਨੇ ਕਿਹਾ ਵੱਡੇ ਵੱਡੇ ਜੋ ਦਿਸੇ ਸਾਨੂੰ ਤਾਂ ਲੋਕਾਂ ਦੀ ਅਮੀਰੀ ਦਿਸਦੀ ਹੈ ਪਰ ਗੁਰੂ ਨੂੰ ਲੋਕਾਂ ਦੇ ਮੰਦੀ ਤੱਕ ਦਿਸਦੀ ਹੈ ਕਹਿੰਦੇ ਵੱਡੇ ਵੱਡੇ ਜੋ ਦਿਸੇ ਲੋਕ ਤਿੰਨ ਕੋ ਵਿਆਪੇ ਵਿਆਪੇ ਕੀ ਯੋਰ ਪਾ ਲੈਂਦੀ ਹੈ ਚਿੰਤਾ ਰੋਗ ਕਹਿੰਦੇ 24 ਘੰਟੇ ਨਾ ਜਿਨ੍ਹਾਂ ਨੂੰ ਸੰਸਾਰ ਚੰਗਾ ਲੱਗਦਾ ਨਿਰੰਕਾਰ ਚੰਗਾ ਨਹੀਂ ਲੱਗਦਾ ਗੁਰੂ ਚੰਗਾ ਨਹੀਂ ਲੱਗਦਾ ਗੁਰੂ ਦੀ ਬਾਣੀ ਚੰਗੀ ਨਹੀਂ ਲੱਗਦੀ ਕਹਿੰਦੇ ਇਹਨਾਂ ਦੇ ਉੱਤੇ ਹਮੇਸ਼ਾ ਚਿੰਤਾ ਕਹਿੰਦਾ ਆਉਣ ਵਾਲਾ ਸਮੇਂ ਦਾ ਸੋਚ ਯੋਰ ਪਾ ਕੇ ਰੱਖਦੀ ਹੈ ਵੀ ਆਹ ਨਹੀਂ ਬਣਨਾ ਕਿਉਂ ਨਹੀਂ ਬਣਨਾ ਕਹਿੰਦੇ ਇੱਥੇ ਹੀ ਫਸੇ ਰਹਿੰਦੇ ਫਿਰ ਕੀ ਕਹਿੰਦੇ ਕਹਿੰਦੇ ਕੌਣ ਵੱਡਾ ਮਾਇਆ ਵੱਡਈ ਕਹਿੰਦਾ ਇੱਕ ਹੋਰ ਬਲ ਵਾਲਾ ਹੈਗਾ ਇੱਕ ਹੋਰ ਤਾਕਤਵਰ ਵਾਲਾ ਹੈਗਾ ਕਹਿੰਦਾ ਕੌਣ ਹੈ ਉਹ ਕਹਿੰਦਾ ਜਿਹਨੂੰ ਸੰਸਾਰ ਵਿੱਚ ਰਹਿੰਦਿਆਂ-ਰਹਿੰਦਿਆਂ ਤਾਕਤ ਮਿਲ ਗਈ ਹੈ ਕਿਹੜੀ ਇੱਕ ਤਾਕਤ ਸੰਸਾਰ ਚੰਗਾ ਲੱਗਦਾ ਨਿਰੰਕਾਰ ਚੰਗਾ ਨਹੀਂ ਲੱਗਦਾ ਇੱਕ ਤਾਕਤ ਕਿਹੜੀ ਹੈ ਕਿ ਗੁਰੂ ਚੰਗਾ ਲੱਗਦਾ ਨਿਰੰਕਾਰ ਚੰਗਾ ਲੱਗਦਾ ਪਰ ਸੰਸਾਰ ਚੰਗਾ ਨਹੀਂ ਲੱਗਦਾ ਇਹ ਵੀ ਤਾਕਤ ਹੈ ਬੱਲੇਆ ਬੱਲੇ ਕਿਤੇ ਦੇਖਿਓ ਕਿਸੇ ਬੰਦੇ ਨੂੰ ਆਪਾਂ ਦੇਖਦੇ ਹਾਂ ਰਿਸ਼ਵਤ ਨਹੀਂ ਲੈਂਦਾ ਉਹ ਸਰਕਾਰੀ ਅਫਸਰ ਰਿਸ਼ਵਤ ਨਹੀਂ ਲੈਂਦਾ। ਕਿਸੇ ਨੇ ਕਿਹਾ ਯਾਰ ਉਹਨੂੰ ਕੰਮ ਕਰਾਉਣਾ ਸੀ। ਤੇ ਯਾਰ ਪੁੱਛੀ ਕਿੰਨੇ ਕੇ ਪੈਸੇ ਲੱਲੂਗਾ ਤੇ ਕਰਦੇ ਯਾਰ। ਤੇ ਕੋਈ ਉਹਨੂੰ ਕੀ ਕਹਿੰਦਾ? ਕਹਿੰਦਾ ਯਾਰ ਗੱਲ ਸੁਣ, ਐਵੇਂ ਨਾ ਪੁੱਤੀ ਪੰਗਾ ਲੈ। ਕਹਿੰਦਾ ਕਿਉਂ? ਉਹ ਕਹਿੰਦਾ بڑا ਬਲਵਾਨ ਆਦਮੀ ਐ। بڑا ਬਲਵਾਨ ਆਦਮੀ, ਬੜਾ ਤਾਕਤਵਰ ਆਦਮੀ ਐ। ਉਹ ਕਹਿੰਦਾ ਭਾਜੀ ਤੁਸੀਂ ਵੇਖਿਆ ਉਹਨੂੰ? ਜਾਣਦੇ ਹੋ? ਕਹਿੰਦਾ ਹਾਂ, ਦੇਖਿਆ ਮੈਂ ਜਾਨਦਾ। ਕਹਿੰਦਾ ਉਹ ਤਾਂ ਸੁੱਕਾ ਪਿਆ। ਹੈਂ ਉਹ ਤਾਂ ਬੜਾ ਕਮਜ਼ੋਰ ਜਿਆ ਤੁਸੀਂ ਕਹਿੰਦੇ ਬੜਾ ਬਲਵਾਨ ਆਦਮੀ ਹੈ ਬੜਾ ਤਾਕਤ ਵਾਲਾ ਉਹ ਕਹਿੰਦਾ ਭਾਈ ਉਹ ਬੜਾ ਬਲਵਾਨ ਹੈ ਸਰੀਰ ਤੋਂ ਭਾਵੇਂ ਉਹ ਕੰਨੇ ਵਰਗਾ ਪਤਲਾ ਜਿਆ ਪਰ ਮਨ ਤੋਂ ਬਲਵਾਨ ਆ ਉਹਦੇ ਮਨ ਚ ਟਿਕਿਆ ਹੈ ਕਿ ਰਿਸ਼ਵਤ ਨਹੀਂ ਲੈਣੀ ਇਸ ਕਲੋਂ ਬਲਵਾਨ ਹੈ ਉਹ ਤਾਕਤ ਉਹਦੇ ਅੰਦਰ ਇਹਦਾ ਮਤਲਬ ਹੈ ਮਨ ਦੀ ਤਾਕਤ ਹੈ ਕੋਈ ਸੋਚ ਦੀ ਤਾਕਤ ਹੈ ਕਿ ਮੈਂ ਚੀਜ਼ ਨਹੀਂ ਲੈਣੀ ਇੱਥੇ ਗੁਰੂ ਸਾਹਿਬਨ ਉਹੀ ਕਹਿ ਰਹੇ ਨੇ ਕਹਿੰਦੇ ਕੌਣ ਵੱਡਾ ਕਹਿੰਦਾ ਇੱਕ ਹੋਰ ਵੱਡਾ ਹੈਗਾ ਜਿਹਦੇ ਮਨ ਚ ਤਾਕਤ ਆ ਗਈ ਹੈ ਕਹਦੀ ਛੱਡ ਕੇ ਨਾ ਸੰਸਾਰ ਤੇ ਝੂਠਾ ਕਹੋਂ ਵੱਡਾ ਮਾਇਆ ਵਡਿਆਈ ਕਹਿੰਦਾ ਮਾਇਆ ਵਿੱਚ ਰਹਿ ਕੇ ਵੀ ਇੱਕ ਵਡਿਆਈ ਲੈ ਗਿਆ ਕਹਿੰਦਾ ਕਿਹੜੀ ਸੋ ਵੱਡਾ ਜਿਹਨੇ ਰਾਮ ਲਿਵ ਲਾਈ ਕਹਿੰਦਾ ਉਹ ਦੇ ਅੰਦਰ ਬਹੁਤ ਵੱਡੀ ਤਾਕਤ ਹੈ ਜਿਨੇ ਆਪਣੇ ਇਸ ਜੀਵਨ ਦੇ ਅੰਦਰ ਧੱਲ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਤੇ ਆਪਣੇ ਅੰਦਰ ਪਰਮਾਤਮਾ ਨਾਲ ਲਿਵ ਲਾ ਲਈ ਕਹਿੰਦਾ ਬੜੀ ਵੱਡੀ ਤਾਕਤ ਲੈ ਕੇ ਬਹਿ ਗਿਆ ਬੜੀ ਵੱਡਾ ਗੁਣੇ ਅੰਦਰ ਬੜਾ ਬੜਾ ਇਹ ਬਲਵਾਨ ਹੈ ਇਹ ਪਹਿਲਵਾਨ ਹੈ ਗੁਰੂ ਪਿਆਰੇ ਇੱਕ ਸਰੀਰ ਤੋਂ ਪਹਿਲਵਾਣ ਆ ਇੱਕ ਆਪਣੇ ਮਨ ਬਿਰਤੀ ਤੋਂ ਪਹਿਲਵਾਣ ਆ ਸਰੀਰ ਤੋਂ ਪਹਿਲਵਾਣ ਸਰੀਰ ਨੂੰ ਢਾ ਲੈਂਦਾ ਹੈ ਤੇ ਆਪਣੀ ਸੋਚ ਤੋਂ ਪਹਿਲਵਾਣ ਆਪਣੀ ਮਨ ਬਿਰਤੀ ਨੂੰ ਢਾ ਲੈਂਦਾ ਹੈ ਬਲਵਾਨ ਦੋਨੋਂ ਹੀ ਨੇ ਬਲਵਾਨ ਦੋਨੋਂ ਹੀ ਨੇ ਤਕਤਵਰ ਦੋਨੋਂ ਹੀ ਨੇ ਹੁਣ ਧਿਆਨ ਦੇਣਾ ਇੱਥੇ ਧੰਗੁਰੂ ਜੀ ਦੇ ਪਛਕ ਆ ਲਗੇ ਕਹਿੰਦੇ ਸਰਸ ਅੜੇ ਸਰਸ ਅੜੇ ਮੇਰੇ ਭਾਈ ਸਭ ਮੀਤਾ RAM ਕਹਿੰਦੇ ਵਾਵਾ ਕਹਿੰਦਾ ਸਾਰੇ ਮੇਰੇ ਮਿੱਤਰ ਬਣ ਗਏ ਨੇ ਇਸ਼ਾਰਾ ਕਰਦੇ ਨੇ ਕਿ ਅੰਦਰ ਇਹ ਨਹੀਂ ਤਾਕਤ ਪੈਦਾ ਹੋ ਗਈ ਹੈ ਗੁਰੂ ਦੇ ਸ਼ਬਦ ਨਾਲ ਕਿ ਜਿਹੜੇ ਮਿਰੇ ਪਰਾਂ ਭਜਦੇ ਸੀ ਨਾ ਜੋ ਵੀ ਮੇਰੇ ਮਗਰ ਮਗਰ ਫਿਰਨ ਲੱਗ ਪਏ ਨੇ ਕੌਣ ਮੇਰੇ ਗਿਆਨ ਦੇਂਦਰੇ ਇੰਨੀ ਤਾਕਤ ਵੱਧ ਗਈ ਕਦੀ ਸ਼ਬਦ ਦੀ ਇਹਨਾਂ ਬਲਵਾਨ ਹੋ ਗਿਆ ਮੈਂ ਕਹਿੰਦਾ ਪਾ ਮੇਰੇ ਚ ਤਾਕਤ ਆ ਗਈ ਸ਼ਕਤੀ ਆ ਗਈ ਹੈ ਕਿ ਅੱਗੇ ਮੈਂ ਨਾ ਮਗਰ ਫਿਰਦਾ ਸੀ ਹੁਣੇ ਮੇਰੇ ਮਗਰ ਫਿਰਦੇ ਮੇਰੇ ਮਿੱਤਰ ਹੋ ਗਏ ਨੇ ਫੇਤਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਬਖਮੋ ਬਖਮਾ ਅਖਾੜਾ ਬਖਮੋ ਬਖਮਾ ਅਖਾੜਾ ਮੈਂ ਗੁਰਮਿਲ ਜੀਤਾਰਾਮ ਕਿਸੇ ਪੁੱਛਿਆ ਵੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਵੀ ਬੜੀ ਉੱਚੀ ਅਵਸਥਾ ਦੀ ਗੱਲ ਕੀਤੀ ਤੁਸੀਂ ਕਿੱਥਾਂ ਪਹੁੰਚ ਗਏ ਇੱਥੇ ਇਹਤਲ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਬਖਮੋ ਬਖਮਾ ਅਖਾੜਾ ਵਾ ਵਾ ਬਖਮੋ ਕੀ ਹੈ ਬਹੁਤ ਔਖਾ ਅਖਾੜਾ ਕੀ ਹੈ ਉਹ ਮੈਦਾਨ ਜਿੱਥੇ ਕਿਸੇ ਦਾ ਲੜਾਈ ਲੜੀ ਜਾਂਦੀ ਹੈ ਉਹਨੂੰ ਅਖਾੜਾ ਕਹਿੰਦੇ ਆ। ਤਾਨਗੁਰਾ ਜੰਦੇ ਪਾਛਾ ਕਹਿੰਦੇ ਕਹਿੰਦੇ ਮੇਰੇ ਮਨ ਦੇ ਅੰਦਰ ਨਾ ਕੀ ਹੋ ਰਿਹਾ ਸੀ ਅਖਾੜਾ ਬਣਿਆ ਸੀ ਇਹਨਾਂ ਵਿਕਾਰਾਂ ਦੇ ਨਾਲ 24 ਘੰਟੇ ਲੜਾਈ ਚੱਲਦੀ ਰਹਿੰਦੀ ਹੈ। ਬਤੇਰਾ ਯੋਰ ਜਾ ਰਹਿਣਾ ਕੋਈ ਲਾਈਦਾ ਆਪੀ ਛੁੱਟ ਜੀਏ ਪਰ ਕਿੱਥੇ ਛੱਡਦੇ ਆਏ। ਕਹਿੰਦੇ ਬੜੀ ਜਾਣ ਖਾਧੀ ਇਹਨਾਂ ਨੇ ਇਹ ਕਿੰਨੇ ਜਾਣੇ ਤੇ ਮੈਂ ਕੱਲਾ। ਸੱਚ ਜੇ ਮਨ ਕੱਲਾ ਤੇ ਵਿਕਾਰਾਂ ਦੀ ਗਿਣਤੀ ਕੋਈ ਨਹੀਂ ਹੁੰਦੀ। ਕਹਿੰਦੇ ਰੋਜ ਇਹਨਾਂ ਨਾਲ ਜਦੋਂ ਜਦ ਰੋਜ ਇਹਨਾਂ ਨਾਲ ਬੜਾ ਕੁਝ ਲੜਾਈ ਝਗੜਾ ਹੋਣਾ ਪਰ ਕਿੱਥੇ ਮੰਦੇ ਆ ਇਹ ਯੋਰਵਾਲ ਸਨ ਤਾਕਤਵਰ ਸਨ ਕਹਿੰਦੇ ਫਿਰ ਕਹਿੰਦੇ ਫਿਰ ਮੈਂਨੂੰ ਪਤਾ ਲੱਗਾ ਉਹ ਧਿਆਨ ਨਾਲ ਸੁਣਿਆ ਜਰਾ ਇੱਥੇ ਇੱਥੇ ਲਿਖਿਆ ਵਿਖੂਮ ਵਿਖਮ ਖਾੜਾ ਮੈਂ ਗੁਰਮਿਲ ਜੀਤਾ ਰਾ ਗੁਰੂ ਨਹੀਂ ਲਿਖਿਆ ਇੱਥੇ ਇੱਥੇ ਗੁਰ ਲਿਖਿਆ ਆ ਗੱਲ ਫੜਨ ਵਾਲੀ ਹੁਣ ਠੀਕ ਹੈ ਬਈ ਗੁਰਵਜਿੰਦੇ ਪਾਸ਼ਾ ਕਹਿਣ ਲੱਗੇ ਕਹਿੰਦੇ ਮੈਂ ਗੁਰੂ ਨੂੰ ਮਿਲਿਆ ਗੁਰੂ ਕੋਲ ਗਿਆ ਤੇ ਗੁਰੂ ਕੋਲ ਜਾ ਕੇ ਨਾ ਮੈਂ ਗੁਰ ਲੈ ਲਿਆ ਹੁਣ ਵਿਚਾਰ ਕਰਨਾ ਆਪਾਂ ਗੁਰੂ ਕੋਲ ਆਉਨੇ ਆ ਬਾਣੀ ਪੜਦੇ ਸਾਰੇ ਪੜਦੇ ਤੁਸੀਂ ਵੀ ਪੜਦੇ ਐਡੀ ਗੱਲ ਕੋਈ ਨਹੀਂ ਕਿ ਤੁਸੀਂ ਪੜਦੇ ਨਹੀਂ ਪੜਦੇ ਪਰ ਕਈ ਸੱਜਣ ਆਪ ਜੀ ਨੂੰ ਮਿਲੇ ਹੋਣਗੇ ਜਾਂ ਤੁਹਾਡੀ ਬਿਰਤੀ ਵੀ ਹੋਏਗੀ ਕਿ ਯਾਰ ਬੜੇ ਪਾਠ ਕਿਤੇ ਬੜੀ ਗੁਰਬਾਣੀ ਪੜੀ ਲੱਭਾ ਕੁਝ ਨਹੀਂ ਕਾਰਨ ਕੀ ਹੈ ਕਿਉਂਕਿ ਤੁਸੀਂ ਗੁਰਬਾਣੀ ਪੜ੍ਹਦੇ ਰਹੇ, ਪਾਠ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ। ਪਰ ਤੁਸੀਂ ਗੁਰ ਨੂੰ ਨਹੀਂ ਮਿਲੇ। ਗੁਰੂ ਕੋਲ ਜਾ ਕੇ ਗੁਰ ਨੂੰ ਨਹੀਂ ਮਿਲੇ। ਥਿੱਕੀ ਲਿਖਿਆ ਵਿਖਮੋਂ ਵਿਖਾ ਅਖਾੜਾ ਮੈਂ ਗੁਰ ਮਿਲਣ। ਹੁਣ ਗੁਰ ਮਿਲਦਾ ਮਤਲਬ ਕੀ ਹੈ? ਧਿਆਨ ਦੇਣਾ। ਕੋਈ ਕਿਸੇ ਦੇ ਨਾਲ ਕਿਸੇ ਵਿਆਹ ਸ਼ਾਦੀ ਤੇ ਚੱਲੇਗੇ ਇਕੱਠੇ ਹੋਈ। ਤੇ ਆਪਣੇ ਸੱਜਣ ਨੂੰ ਜ ਆਪਣੇ ਪੁੱਤਰ ਨੂੰ ਕਹਿੰਦੇ ਪਿਤਾ ਜੀ। ਬੇਟਾ ਤੂੰ ਮਿਲਿਆ ਨਾ ਨੂੰ। ਕਹਿੰਦਾ ਪਪਾ ਮੈਂ ਇਹਨਾਂ ਨੂੰ ਜਾਣਦਾ ਨਹੀਂ ਵਾ ਵਾ ਮੇਰਾ ਕਹਿੰਦਾ ਮਲਾਪ ਜਦੋਂ ਮੈਂ ਇਹਨਾਂ ਨੂੰ ਜਾਣਦਾ ਹੀ ਨਹੀਂ ਹੈ ਤੂੰ ਮਿਲਿਆ ਨਹੀਂ ਪਹਿਲਾਂ ਪਪਾ ਮੈਂ ਜਾਣਦਾ ਹੀ ਨਹੀਂ ਪਹਿਲਾਂ ਕੀ ਚੀਜ਼ ਦੀ ਲੋੜ ਹੈ ਫਿਰ ਜਾਣਕਾਰੀ ਦੀ ਕਿਸੇ ਦੀ ਜਾਣਕਾਰੀ ਹੋਊ ਤੇ ਮਲਾਪ ਹੋਊ ਜੇ ਦੀ ਜਾਣਕਾਰੀ ਨਹੀਂ ਮਲਾਪ ਕਿੱਥੋਂ ਹੋ ਜਾਣਾ ਕਹਿੰਦੇ ਹਾਂਜੀ ਥੋੜਿਓ ਫਿਰ ਤੁਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੁਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਦੇ ਗੁਰੂ ਸਾਹਿਬਣ ਕੀ ਕਹਿੰਦੇ ਕਹਿੰਦੇ ਗੁਰੂ ਦੁਆਰੇ ਹੋਏ ਸੋਜੀ ਪਈ ਸੀ ਗੁਰੂ ਦਵਾਰੇ ਹੋਏ ਧਿਆਨ ਦੇਣਾ ਬੈਠੇ ਤੇ ਹੈਗੇ ਤੁਸੀਂ ਇਹ ਗੁਰਦੁਆਰੇ ਬੈਠੇ ਹੋ ਅਜੇ ਗੁਰਦੁਆਰੇ ਜਾਣਾ ਹੈ ਗੁਰੂ ਦਵਾਰੇ ਹੋਏ ਤੇ ਗੁਰੂ ਲਿਖਿਆ ਹੈ ਬੜੇ ਲਹਿਜੇ ਨਾਲ ਫੜਨਾ ਇਹਨੂੰ ਗੁਰੂ ਦਵਾਰੇ ਹੋਏ ਅਗੇ ਹੋਏ ਲਿਖਿਆ ਕਿਵੇਂ ਉਹ ਮੰਗਤਾ ਕਿ ਇਹਦੇ ਘਰ ਮੰਗਣ ਆ ਗਿਆ ਜਿਹਨਾਂ ਨੇ ਬਾਰੋਂ ਬਾਜ਼ ਮਾਰੀ ਤੇ ਭਾਈ ਸਾਹਿਬ ਉੱਠ ਕੇ ਗਏ ਕਹਿੰਦੇ ਆ ਵੀ ਕਹਿੰਦਾ ਜੀ ਉਹ ਪਈਆ ਦੇ ਲਈ ਦੇ ਦਿਓ ਰੋਟੀ ਦੇ ਦਿਓ ਭੁੱਖੇ ਆ ਗਏ ਫੇਰ ਦੇ ਉਹਨੇ ਬਹਿ ਜਾ ਕਹਿੰਦੇ ਮਿਲ ਜਾਂਦੀ ਉਹ ਆਪਣੇ ਘਰ ਦੇ ਨੂੰ ਕਹਿੰਦੇ ਬੜੀ ਲੋਕੇ ਬਾਹਰ ਮੰਗਤਾ ਆਇਆ ਤੇ ਵਿਚਾਰਾ ਭੁੱਖਾ ਲੱਗਦਾ ਤੇ ਦੋ ਫੁਲਕੇ ਦੇ ਉਹਨਾਂ ਨੂੰ ਕਹਿੰਦੀ ਮੈਂ ਦਿਨੀ ਮੈਂ ਆ ਕੱਪੜੇ ਧੋ ਲਵਾਂ ਫਿਰ ਦਿਨੀ ਉਹ 2 5 7 10 ਮਿੰਟ ਲੱਗ ਗਏ ਕੱਪੜਾ ਇੱਕ ਧੋਂਦੀ ਪਈ ਸੀ ਵੀ ਧੋ ਕੇ ਪਿਆਤ ਧੋ ਕੇ ਮੈਂ ਦਿਨੀ ਉਹ ਮੰਗਤੇ ਨੇ 2 4 10 ਮਿੰਟ ਵੇਟ ਕੀਤੀ ਵੀ ਕੋਈ ਨਹੀਂ ਆਇਆ ਚਲਾ ਗਿਆ ਜੇ ਤਾਂ ਚਲਾ ਗਿਆ ਨਾ ਇਹ ਜਨਾਨੀ ਰੋਟੀ ਲੈ ਕੇ ਗਈ ਬਾਹਰ ਤੇ ਬਾਹਰ ਕੋਈ ਹੈਗਾ ਹੀ ਨਹੀਂ ਸੀ ਬੰਦਾ ਫਿਰ ਕਹਿੰਦਾ ਮੈਂ ਤੈਨੂੰ ਕਹਿਆ ਸੀ ਉਹਨੂੰ ਵਿਚਾਰੇ ਨੂੰ ਦੋ ਫੁਲਕੇ ਦੇ ਦੇ ਚੰਗੀਆਂ ਤੂੰ ਕਹਿੰਦੇ ਜੋ ਉੱਥੇ ਕੋਈ ਹੋਵੇ ਤੇ ਮੈਂ ਦਵਾ ਉੱਥੇ ਹੈ ਹੀ ਨਹੀਂ ਇਹ ਤਾਂ ਮੇਰੇ ਚਲਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਕਹਿੰਦੇ ਸਰੀਰ ਤੇ ਤੁਹਾਡਾ ਇੱਥੇ ਬੈਠਾ ਏ ਤੁਹਾਡਾ ਮਨ ਇੱਥੇ ਹੋਵੇ ਤੇ ਮੈਨੂੰ ਗਿਆਨ ਦਵਾ ਮੈਂ ਸੋਚੀ ਦਵਾ ਕਿ ਮਨ ਤੇ ਇੱਥੇ ਹੈ ਹੀ ਨਹੀਂ ਸੋਚ ਤੇ ਤੁਹਾਡੀ ਇੱਥੇ ਹੈ ਹੀ ਨਹੀਂ ਸੋਚ ਤਾਂ ਤੁਹਾਡੀ ਕਿੱਥੇ ਅਦਤ ਪਿਆਰੀ ਇਸ ਜਦ ਤਾਰਾ ਤੁਹੰ데 ਦਤ ਪਿਆਰੀ ਹੈ ਮਨ ਕਿੱਦਾਂ ਕਿਤੇ ਭਟਕਣ ਡਿਆ ਕਦੀ ਕਿਸੇ Pase ਕਦੀ ਕਿਸੇ Pase ਜਾਣਦੇ ਕਹਿੰਦੇ ਗੁਰੂ ਦਵਾਰੇ ਹੋਏ ਗੁਰੂ ਕੀਏ ਪ੍ਰਕਾਸ਼ ਕਹਿੰਦਾ ਤੇਰੀ ਸੋਚ ਤੇਰੀ ਵਿੱਤੀ ਗੁਰੂ ਦੇ ਦਵਾਰੇ ਤੇ ਹੋਵੇ ਪ੍ਰਕਾਸ਼ ਦੇ ਦਵਾਰੇ ਤੇ ਹੋਵੇ ਉੱਥੇ ਟਿੱਕੀ ਹੋਵੇ ਤੇ ਸੋਝੀ ਪਾਈ ਸੀ ਹੁੰਦੇ ਆਂਦੇ ਹੋ ਸੋਝੀ ਲੈਣੀ ਹੈ ਮਤ ਲੈਣੀ ਗੁਰੂ ਕੋਲੋਂ ਹੈ ਨਾ ਇਹਦਾਂ ਮਤ ਲੈਣੀ ਕਾਦੀ ਹੈ 1024 ਅੰਗ ਤੇ ਪੜ ਲਓ ਆਪਾਂ ਗੁਰਬਾਣੀ ਪੜਦੇ ਪੜਦੇ 1024 ਅੰਗ ਤੇ ਪਹੁੰਚ ਗਏ ਜਦੋਂ 1024 ਅੰਗ ਤੇ ਪਹੁੰਚੇ ਤਾਂ ਕੀ ਕਹਿਣ ਲੱਗੇ ਗੁਰੂ ਸਾਹਿਬਨ ਕਹਿੰਦੇ ਗੁਰਮਤਿ ਛੋਡੇ ਉਜੜ ਜਾਈ ਕਹਿੰਦੇ ਪਾਠ ਕਰੀ ਜਾਂਦਾ ਮੈਂ ਕਿਹਾ ਜੀ ਕਰੀ ਜਾਂਦਾ ਆ ਗਿਆ 1024 ਅੰਗ ਤੇ ਆ ਗਿਆ ਜੀ ਤੇ ਕੰਦਾ ਕੀ ਚੁੱਕੀ ਬਿਰਨਾ ਮੈਂ ਕਿਹਾ ਜੀ ਕਾਲਰ ਕਹਿੰਦੇ ਕਾਦ ਲਈ ਮੈਂ ਕਿਹਾ ਜੀ ਇੰਨਾ ਪਾਠ ਕਰ ਲਿਆ 1024 ਅੰਗ ਤੇ ਪਹੁੰਚ ਗਏ 1430 ਅੰਗ ਨੇ ਰਹਿ ਗਏ 400 ਅੰਗ ਰਹਿ ਗਏ ਕਹਿੰਦੇ ਸ਼ਾਬਾਸ਼ ਪੁੱਤਰਾ ਤੇ ਦੱਸੋ ਕਹਿੰਦੇ ਗੁਰਮਤਿ ਛੋਡੇ ਕਹਿੰਦੇ ਕਿਹੜਾ ਪਾਠ ਕੀਤਾ ਸੀ ਗੁਰਮਤਿ ਅਸਨ ਨਹੀਂ ਕੀਤੀ ਤੂੰ ਇਹ ਬਾਣੀ ਪੜ੍ਹ ਕੇ ਵੀ ਤੇਰਾ ਉਜੜਨਾ ਪੱਕਾ ਹੈ ਉਜੜਨਾ ਕਿਉਂ ਕਹਿੰਦੇ ਆ ਆ ਘਰ ਛੱਡ ਕੇ ਕਿਸੇ ਹੋਰ ਘਰ ਜਾਣਾ ਤੇਰਾ ਪੱਕਾ ਕਿਹੜੀ ਗੱਲ ਉਹ ਕਿ ਤੂੰ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਿਆ ਅੱਛਾ ਵਾ ਕਹਿੰਦੇ ਗੁਰਮਤ ਹੁਣ ਉੱਥੇ ਕੀ ਲਿਖਿਆ ਗੁਰੂ ਦੁਆਰੇ ਹੋਏ ਸੋਚੀ ਪਾਈ ਸੀ ਤੇ ਸੋਚੀ ਕੀ ਹੈ ਮਤ ਤੇ ਮਤ ਕਦੀ ਲੈਣੀ ਹੈ ਗੌਰ ਮਤ ਗੌਰ ਕੀ ਹੈ ਯੁਗਤੀ ਟੈਕਨੀਕ ਸ਼ਬਦ ਕਹਿੰਦੇ ਇਹਦੀ ਮਤ ਲੈਣੀ ਗੁਰੂ ਕੋਲ ਲਈ ਉਹ ਤੇ ਆਂਦੇਣ ਵਾਲੀਆਂ ਗੱਲਾਂ ਜੇ ਬੜੇ ਲਜੇ ਨਾਲ ਗੁਰੂ ਸੱਭਣ ਗੱਲ ਲਗੇ ਬਿਖੂ ਬਿਖ ਅਖਾੜਾ ਮੈਂ ਗੌਰ ਮਿਲ ਵਾ ਵਾ ਗੁਰੂ ਨਹੀਂ ਗੌਰ ਮਿਲ ਕਿ ਮੈਂ ਗੁਰੂ ਜੀ ਕੋਲ ਗਿਆ ਗੁਰੂ ਗ੍ਰੰਥ ਸਾਹਿਬ ਚੰਨਾ ਜਗਿਆ ਮੈਂ ਗੁਰੂ ਵਾਲਾ ਬਣਿਆ ਮੈਂ ਅੰਮ੍ਰਿਤ ਛਕਿਆ ਮੈਂ ਬਾਣੀ ਪੜੀ ਤੇ ਪੜ ਕੇ ਮੈਂ ਗੁਰੂ ਦੇ ਚੰਨਾ ਚੋਂ ਮਤ ਲਈ ਸੋਝੀ ਲਈ ਅਕਲ ਲਈ ਕਾਦੀ ਗੁਰਨਾ ਜੁੜਨ ਦੀ ਪਹਿਲਾਂ ਗੁਰ ਦੀ ਜਾਣਕਾਰੀ ਮਿਲੂ ਤਾਈਂ ਕਿਹਨਾਂ ਮਲਾਪ ਹੋਊ ਬੱਚਾ ਕਹਿੰਦਾ ਪਾਪਾ ਦੀ ਜਣ ਕੇ ਦੋ ਤਾਈਂ ਮੈਂ ਮਿਲਾਂ ਇਹਨਾਂ ਨੂੰ ਪਹਿਲਾਂ ਜਾਣਕਾਰੀ ਆ ਫਿਰ ਮਲਾਪ ਆ ਪਹਿਲਾਂ ਆਪ ਗੁਰਬਾਣੀ ਪੜੀ ਆ ਸ਼ਬਦ ਦੀ ਸੋਝੀ ਲਈ ਆ ਨਾਮ ਦੀ ਸੋਝੀ ਲਈ ਆ ਗੁਰ ਦੀ ਸੋਝੀ ਲਈ ਆ ਸੁਝਿਤ ਲਈ ਨਹੀਂ ਕਿਉਂਕਿ ਸਾਡੀ ਬਿਰਤੀ ਆ ਪਰਪੜ ਗੱਡੀ ਦਦੀ ਅਸੀਂ ਪੰਡਾ ਬਣ ਨਹੀਂ ਜਾਂਦੇ ਬਣ ਨਹੀਂ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਇਹ ਕੰਮ ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿੰਦੇ ਹਉਮੇ ਵਿੱਚ ਸੱਪੜ ਤੱਕ ਦੂਜੇ ਭਾਈ ਖੁਵਾਰ ਹਉਮੇ ਕੀ ਹੈ ਮੰਦੀ ਮਲੀਨਤਾ ਮਲੀਨਤਾ ਕੀ ਹੈ ਗੁਰੂ ਪਿਆਰੋ ਧਿਆਨ ਦੇਣਾ ਪਿਛਲੇ ਜਨਮਾਂ ਦੀ ਮਲੀਨਤਾ ਸਾਨੂੰ ਚੜੀ ਹੋਈ ਹੈ ਉਸ ਨੂੰ ਉਤਾਰਨੀ ਹੈ ਹੁਣ ਉਹ ਮਲਿੰਦਾ ਤਾਰਨੀ ਤੇ ਆਪਾਂ ਗੁਰਬਾਨੀ ਦੇ ਲੜ ਲੱਗੇ ਗੁਰੂ ਦੇ ਲੜ ਲੱਗੇ ਗੁਰੂ ਸਾਹਿਬ ਕਹਿੰਦੇ ਮੈਲ ਚੜੀ ਤੇ ਮਣੀ ਪੜੀ ਜਾਣਾ ਫੇ ਮੈਲ ਤੇ ਚੜੀ ਆਪੇ ਤੁਸੀਂ ਕਹਿ ਰਹੇ ਹੋ ਜਨਮ ਜਨਮ ਕੀ ਸੰਮਨ ਕੋ ਮਲ ਲਗੀ ਕਾਲਾ ਹੋਵਾ ਸਿਆ ਆਪੇ ਤੁਸੀਂ ਕਹਿ ਰਹੇ ਹੋ ਤੇ ਮਲਣ ਲਈ ਤੁਹਾਡੇ ਕੋਲੇ ਸੀ ਆਏ ਆ ਤੁਸੀਂ ਆਪੇ ਕਿਹਾ ਮਨ ਧੋਵੋ ਸ਼ਬਦ ਲਾਗੂ ਹਰ ਸੋ ਰਹੋ ਕਿਤ ਲਈ ਆਪੇ ਤੁਸੀਂ ਕਹਿ ਰਹੇ ਹੋ ਬੜੀ ਹੈਰਾਨਗੀ ਵਾਲੀ ਗੱਲ ਹੈ ਇੱਕ ਪਾਸੇ ਤੁਸੀਂ ਕਹਿੰਦੇ ਜਨਮਾ ਜਨਮ ਦੀ ਮੈਲ ਲੱਗੀ ਲਹਣ ਆਇਆ ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਹਮੇ ਵਿੱਚ ਸਭ ਪੜ ਤੱਕੇ ਕਹਿੰਦਾ ਮੰਦੀ ਮਲਿੰਦਾ ਜੀ ਪੜ ਕੇ ਤੱਕੇ ਹੁਣ ਮੰਦੀ ਮੈਲ ਲੱਥੂਗੀ ਤੇ ਫਿਰ ਪੜਾਂਗੇ ਪੜੀ ਫਸ ਗਿਆ ਨਾ ਸਵਤੇ ਆਂਦੀ ਹੈ ਪਛਾ ਕੀ ਕੀਤਾ ਕਹਿੰਦੇ ਪੁੱਤਰ ਜਿਹੜੀ ਮੈਲ ਪਿਛਲੇ ਜਨਮਾਂ ਦੀ ਚੜੀ ਹੈ ਨਾ ਉਹ ਤੂੰ ਤੋਣ ਆਇਆ ਉਹ ਲਹਣੀ ਹੈ ਤੂੰ ਪਰ ਹਮੇ ਹਮੇ ਕੀ ਹੈ ਕਿ ਨਾ ਉਸ ਮੈਲ ਦੀ ਮੈਂ ਗੱਲ ਹੀ ਨਹੀਂ ਕੀਤੀ ਉਹ ਤੇ ਲਤਣੀ ਹੈ ਪਰ ਇੱਥੇ ਜਿਹੜੀ ਮੈਲ ਚੜਾਈ ਫਿਰਦਾ ਇਸ ਜਾਮੇ ਵਿੱਚ ਕਾੜੀ ਕਿ ਤੈਨੂੰ ਗੁਰਬਾਣੀ ਦੀ ਸੋਚ ਹੀ ਨਹੀਂ ਆਉਂਦੀ ਝੂਠੇ ਸੰਸਾਰ ਦੀ ਮਾਇਆ ਮਗਰੀ ਭਜਾ ਫਿਰਦਾ ਉਹ ਜਿਹੜੀ ਤੇਤੇ ਮਤ ਚੜੀ ਹੈ ਨਾ ਵੀ ਮੈਨੂੰ ਸੰਸਾਰ ਚਾਹੀਦਾ ਕਹਿੰਦੇ ਇਹ ਹਉਮੈ ਹੰਕਾਰ ਆ ਕਹਿੰਦੇ ਇਹਦੇ ਨਾਲ ਤੈਨੂੰ ਕਦੀ ਵੀ ਗੁਰਬਾਣੀ ਦੀ ਸੋਝੀ ਨਹੀਂ ਹੋਣੀ ਇਹਨੂੰ ਪਰਾਂ ਕਰ ਪੰਕਤੀ ਨੂੰ ਸਾਹਮਣੇ ਰੱਖਣਾ ਸੀ ਕਿਹੜੀ ਨੂੰ ਵਿਣਤ ਉਹ ਦ ਹੋਰ ਜੇ ਮੰਗਣ ਸਿਰ ਦੁੱਖਾਂ ਕੇ ਦੁੱਖ ਆਇਆ ਇੱਥੇ ਲੈ ਕੇ ਸਮਝਾਉਣ ਰਿਆਂ ਕਿ ਤੂੰ ਬੈਠਾ ਗੁਰੂ ਚਰਨਾ ਵਿੱਚ ਆ ਪੜਨ ਬਾਣੀ ਡਿਆਂ ਤੇ ਮੰਗਣ ਸੰਸਾਰ ਡਿਆਂ ਕਹਿੰਦੇ ਆਈ ਹੋਮੇ ਆ ਮਤ ਤੇਰੇ ਤੇ ਜੜੀ ਆ ਜਿਹੜੀ ਨਾ ਇਸ ਮਲੀਨਤਾ ਨੇ ਤੈਨੂੰ ਕਦੀ ਵੀ ਗੁਰਬਾਣੀ ਦੀ ਸੋਝੀ ਨਹੀਂ ਹੁੰਦਣੀ ਤੈਨੂੰ ਬਰਾਂ ਕਰ ਨਹੀਂ ਕੀਤੀ ਉਹਨਾਂ ਤਾਂ ਕਿਹਾ ਕਹਿੰਦੇ ਮੈਨੂੰ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਹਿੰਦੇ ਧਿਆਨ ਦੇ ਗੁਰੂ ਚਰਣਾ ਵਿੱਚ ਬੈਠਿਆ ਗੁਰਬਾਣੀ ਪੜਨ ਲੱਗਿਆ ਅਗਰ ਉਸ ਪਰਮਾਤਮਾ ਤੋਂ ਇਲਾਵਾ ਕੁਝ ਮੰਗ ਲੈਣਾ ਸਿਰੇ ਦਾ ਦੁੱਖ ਆ ਦੁੱਖ ਕੀ ਹੈ ਮਿਛੋੜਾ ਕਿਤੋਂ ਵੱਡਾ ਔਰਕੋ ਮਿਛੋੜਾ ਨਹੀਂ ਹੋ ਸਕਦਾ ਠੀਕ ਹੈ ਹੁਣ ਗੁਰੂ ਜੀ ਸਮਝਾਉਂਦੇ ਪੈ ਨਾਲ-ਨਾਲ ਕਹਿੰਦਾ ਇਸ ਮਤ ਤੋਂ ਪੜਾ ਹੋ ਕੇ ਬਾਣੀ ਪੜ ਕੇ ਦੇਖ ਤੇ ਗੁਰੂ ਗ੍ਰੰਥ ਸਾਹਿਬ ਜੀ ਚੰਨਾਂ ਚੋਂ ਪੀਖ ਮੰਗ। ਅੱਛਾ ਕੀ ਮੰਗਾ? ਕਹਿੰਦੇ ਮੰਗ ਦੇ ਨਾਮ ਸੰਦੋਖੀਆ। ਉੱਤਰੇ ਮਨ ਕੀ ਭੋਖ ਕਹਿੰਦਾ ਮੰਗ ਮੰਗਿਆ ਹੀ। ਹੁਣ ਧਿਆਨ ਦਿਓ। ਅਰਦਾਸ ਸਾਰੇ ਕਰਦੇ ਆ ਬੇਨਤੀ ਸਾਰੇ ਕਰਦੇ। ਮੇਰੇ ਵਰਗੇ ਸਾਰੇ ਸਿਕਾਉਂਦੇ ਅਰਦਾਸ ਕਰਿਆ ਕਰੋ ਸਵੇਰੇ ਵੀ ਸ਼ਾਮੀ ਬੇਨਤੀ ਕਰਿਆ ਕਰੋ ਜਰੂਰ ਕਰਿਆ ਕਰੋ ਕਰਦੇ ਆਪੋ। ਕਰਨੀ ਚਾਹੀਦੀ। ਪਰ ਧਿਆਨ ਦੇਣਾ ਅਰਦਾਸ ਕੀਤੀ ਕਦੀ? ਬੇਨਤੀ ਕੀਤੀ ਕਦੀ? ਅਸੀਂ ਗੁਰੂ ਚਰਣਾ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਆਪ ਦੇ ਚਰਣਾ ਚ ਨਿਤਨੇਮ ਕੀਤਾ ਪੰਜਾਬ ਬਣੇ ਦਾ ਪਾਠ ਕੀਤਾ ਕਿਰਪਾ ਕਰਿਓ ਕੈਸੀ ਕੈਸੀ ਕਿ ਮੇਰਾ ਫਰਲਾਣਾ ਕੰਮ ਨਹੀਂ ਬਣ ਰਿਹਾ ਕਚਹਿਰੀ ਚ ਕੇਸ ਲੱਗਾ ਜਿੱਤ ਕਰਾ ਦਿਓ ਮੇਰੇ ਤੇ ਕਿਰਪਾ ਕਰਿਓ ਮੁੰਡਾ ਇੰਟਰਵਿਊ ਦੇਣ ਗਿਆ ਪਾਸ ਕਰ ਦਿਓ ਮੇਰੇ ਤੇ ਕਿਰਪਾ ਕਰੋ ਮੇਰਾ ਸੀਟ ਠੀਕ ਨਹੀਂ ਰਹਿੰਦਾ ਠੀਕ ਕਰ ਦਿਓ ਤੁਸੀਂ ਸਾਬ ਲਾਓ ਤੁਸੀਂ ਸਿਆਣੇ ਬੈਠੇ ਹੋ ਪੜ੍ਹੇ ਲਿਖੇ ਬੈਠੇ ਹੋ ਮarro ਚਾhti ਕੀ ਤੁਸੀਂ ਅੱਜ ਤੱਕ ਅਰਦਾਸ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਪਣੇ ਸ਼ਬਦ ਦੀ ਸੋਝੀ ਦੇ ਦਿਓ ਲੰਗੀਤੀ ਲੰਗੀਤੀ ਅਰਦਾਸ ਕਰਨੀ ਸੀ ਬੇਨਤੀ ਕਰਨੀ ਸੀ ਗੁਰੂ ਚੰਨਾ ਨਾਲ ਜੁੜਨ ਦੀ ਪਰ ਅਸੀਂ ਬੇਨਤੀ ਕੀਤੀ ਗੁਰੂ ਨਾਲ ਟੁੱਟਣ ਦੀ ਕਹਿੰਦਾ ਕਿਵੇਂ ਗੁਰੂ ਪਿਆਰੇਓ ਗੁਰੂ ਗ੍ਰੰਥ ਸਾਹਿਬ ਜੀ ਚੰਨਾ ਜੀ ਬੇਨਤੀ ਕੀਤੀ ਵਿਚਾਰ ਕਰਿਓ ਜਿਸ ਸੰਸਾਰ ਤੋਂ ਦੂਰ ਹੋਣ ਲਈ ਜਿਸ ਸੰਸਾਰ ਤੋਂ ਪਿੱਛਾ ਛਡਾਉਣ ਲਈ ਮਨੁੱਖੀ ਜੀਵਨ ਮਿਲਿਆ ਤੇ ਗੁਰੂ ਧਾਰਨ ਕੀਤਾ ਗੁਰੂ ਧਾਰਨ ਕਾਲ ਹੀ ਕੀਤਾ ਸੰਸਾਰ ਤੋਂ ਪਿੱਛਾ ਛਡਾਉਣ ਲਈ ਚਰਾਸੀ ਦੇ ਗੇਟ ਚੋਂ ਬਾਹਰ ਨਿਕਲਣ ਲਈ ਇਸ ਝੂਠੀ ਦਾਤ ਤੋਂ ਭਰਾਉਣ ਲਈ ਸੱਚ ਆ ਪਰ ਵਿਚਾਰ ਕਰਨਾ ਬਾਣੀ ਪੜ੍ਹ ਕੇ ਅਰਦਾਸ ਕੀਤੀ ਇਸ ਝੂਠੇ ਸੰਸਾਰ ਲਈ ਕੀਤੀ ਗੁਰੂ ਚੰਨਾਂ ਨਾਲ ਜੁੜਨ ਲਈ ਨਹੀਂ ਕੀਤੀ ਬੇਨਤੀ ਕੀਤੀ ਤੰਤਨ ਸੇਬ ਸ੍ਰੀ ਗੁਰੂ ਗੰਸਾਏ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਾਦੀ ਨਹੀਂ ਕਿਹਾ ਆਪਣੇ ਨਾਲ ਜੋੜ ਲੋ ਨਹੀਂ ਕਿਹਾ ਸ਼ਬਦ ਨਾਲ ਜੋੜ ਦਿਓ ਐਨੀ ਗੱਲ ਕਹੀ ਕਿ ਤੇਰੇ ਦਰ ਤੇ ਆਏ ਤੇ ਜੇ ਦਾਤ ਮਿਲੀ ਨਹੀਂ ਤਾਂ ਫਾਇਦਾ ਕੀ ਹੈ ਵਿਚਾਰ ਕਰਨਾ ਇੱਕ ਇਨਸਾਨ ਨੇ ਅਰਦਾਸ ਕੀਤੀ ਤੰਤਨ ਗੁਰੂ ਗੰਸਾਏ ਚਰਨਾਂ ਦੇ ਵਿੱਚ ਮੇਰੇ ਕਰ ਪੁੱਤਰ ਨਹੀਂ ਹੈ ਉਹਨੇ ਬੜੀ ਥਈ ਅਰਦਾਸਾਂ ਕਰਾਈਆਂ ਮਾਲਕ ਨੇ ਕਿਰਪਾ ਕੀਤੀ ਕੋਈ 5 7 10 ਸਾਲ ਬਦ ਪੁੱਤਰ ਹੋ ਗਏ ਵਿਚਾਰ ਕਰਨਾ ਜਰਾ ਧਿਆਨ ਨਾਲ ਪੁੱਤਰ ਹੋ ਗਿਆ ਜਦ ਪੁੱਤਰ ਪੈਦਾ ਹੋ ਗਿਆ ਤੇ ਕਿਸ ਨੇ ਪੁੱਛਿਆ ਇਹ ਪੰਜੀ ਕਿਰਪਾ ਹੋ ਗਈ ਪੈਸਾ ਕਿਰਪਾ ਹੋ ਵੀ ਕਹਿੰਦਾ ਜੀ ਮੈਂ ਬੜੀਆਂ ਸੁੱਖਣਾ ਸੁਖੀਆਂ ਮੈਂ ਬੜੇ ਮੱਥੇ ਟੇਕੇ ਮੈਂ ਬੜੀ ਮਿਹਨਤ ਕੀਤੀ ਤੇ ਮਾਲਕ ਨੇ ਕਿਰਪਾ ਕੀਤੀ ਮੇਰੇ ਪੁੱਤਰ ਹੋ ਗਏ ਹੁੰਤੇ ਆਂਦੇਓ ਜਿੱਥੇ ਕਿਥੇ ਕਹਿੰਦਾ ਕਹਿੰਦਾ ਮੈਂ ਸੁਖਣਾ ਬੜੀਆਂ ਸੁਖੀਆਂ ਮੈਂ ਚੜਾਵੇ ਬੜੇ ਚੁਲਾਏ ਮੈਂ ਪੁੰਨਦਨ ਬੜਾ ਕੀਤਾ ਮੈਂ ਪਾਠ ਬੜੇ ਕੀਤੇ ਤੇ ਮੇਰੇ ਕੋਲ ਪੁੱਤਰ ਹੋਇਆ ਰੱਬ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਭੁੱਲ ਗਿਆ ਜਿੱਤਾ ਨਹੀਂ ਕਹਿੰਦਾ ਮੈਂ ਸੁਖਣਾ ਬੜੀਆਂ ਸੁਖੀਆਂ ਸੀ ਮੈਂ ਅਰਦਾਸਾਂ ਬੜੀਆਂ ਕਰਾਈਆਂ ਸੀ ਤੇ ਵਿਚਾਰ ਕਰਿਓ ਧਿਆਨ ਨਾਲ ਸੁਣਿਓ ਬੱਚੇ ਨੂੰ ਜਨਮ ਦਿੱਤਾ ਅਜੇ 56 ਦਿਨ ਹੋਏ ਨੇ ਤੇ ਭਾਈ ਸਾਹਿਬ ਨੂੰ ਕਿਸੇ ਨੇ ਕਿਹਾ ਕਹਿੰਦਾ ਭਾਜੀ ਫਿਰ ਅੱਜ ਗੁਰਦੁਆਰੇ ਨਹੀਂ ਜਾਣਾ ਕਹਿੰਦਾ ਨਹੀਂ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਭਾਈ ਸਾਹਿਬ ਮੇਰੀ ਘਰ ਦੀ ਕੱਲੀ ਏ ਉਹਦੇ ਬੱਚਾ ਹੋਇਆ ਹੂੰ ਤੇ ਉਹਨੂੰ ਵਿਚਦਾ ਧਿਆਨ ਕੌਣ ਰੱਖੂਗਾ ਤੇ ਗੁਰੂ ਪਿਆਰਿਓ ਜਿਸ ਗੁਰੂ ਦੇ ਚਰਨਾਂ 'ਚੋਂ ਦਾਤ ਮਿਲੀ ਸੀਗੀ ਇੱਕ ਘਰ ਦੀ ਨੂੰ ਸੰਭਲਣ ਲਈ ਬੱਚੇ ਨੂੰ ਸੰਭਲਣ ਲਈ ਗੁਰੂ ਨੂੰ ਭੁੱਲ ਗਿਆ ਗੁਰੂ ਨੂੰ ਭੁੱਲ ਗਿਆ ਪਰ ਇਹ ਗੱਲ ਪੱਲੇ ਬੰਨਣਾ ਸਦਕੇ ਜਾਵਾ ਗੁਰੂ ਦੇ ਵਿਚਾਰ ਕਰਨਾ ਉਹਨੇ ਕਿਹਾ ਮੈਂ ਸੁਖਰਾ ਸੁਖੀ ਸੀ ਮੈਂ ਮਿਹਨਤ ਕੀਤੀ ਤਾਂ ਮੇਰੇ ਕੋਲ ਪੁੱਤਰ ਹੋਇਆ ਮੈਂ ਮੱਥੇ ਬੜੇ ਟਿਕਿਆ ਤਾਂ ਮੇਰੇ ਕੋਲ ਪੁੱਤਰ ਹੋਇਆ ਇਹਦਾ ਮਤਲਬ ਝੂਠੀ ਦਾਤ ਕਿ ਐਸੀ ਦਾਤ ਆ ਜਿੱਦੀ ਪ੍ਰਾਪਤੀ ਤੇ ਗੁਰੂ ਨੂੰ ਭੁੱਲ ਜਾਈਦਾ ਹੈ ਪਰ ਕਿਤੇ ਦਰਗਾਹੀ ਦਾਤ ਮਿਲ ਜਾਵੇ ਗੁਰੂ ਚੰਨਾਂ ਚੋ ਸੋਝੀ ਮਿਲ ਜਾਵੇ ਤੇ ਗੁਰੂ ਕਦੀ ਭੁੱਲਦਾ ਨਹੀਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ 864 ਅੰਗਦੇ ਉਤੇ ਪੜਿਓ ਕੀ ਕਹਿੰਦੇ ਕਹਿੰਦੇ ਗੁਰੂ ਬਿਨਾਂ ਮੈਂ ਨਹੀਂ ਹੋਰ ਵਿਚਾਰ ਕਰੋ ਤੱਤੀ ਲੋ ਤੇ ਬੈਠੇ ਪਰ ਗੁਰੂ ਨਹੀਂ ਭੁੱਲੇ ਆਂ ਉਸ ਦੁੱਖ ਵਿੱਚ ਵੀ ਗੁਰੂ ਨਹੀਂ ਭੁੱਲਿਆ ਪ੍ਰਕਾਸ਼ ਨਹੀਂ ਭੁੱਲਿਆ ਪਰ ਇੱਥੇ ਮਾਂ ਦੇ ਮੜਜ ਦੁੱਖ ਨੂੰ ਵੇਖ ਕੇ ਤੇ ਖਾਲਸਾ ਗੁਰੂ ਭੁੱਲ ਗਿਆ ਇਹਦਾ ਮਤਲਬ ਅਰਦਾਸ ਕੀਤੀ ਗੱਦ ਲਈ ਝੂਠੀ ਦਾਤ ਲਈ ਜਿਨੇ ਵੀ ਅਰਦਾਸ ਕੀਤੀ ਬੇਨਤੀ ਕੀਤੀ ਧਿਆਨ ਦੇਣਾ ਇੱਕ ਜਨਮ ਮਿਲਿਆ ਹੈ ਗੁਰੂ ਦੇ ਲੜ ਲੱਗ ਕੇ ਸੰਸਾਰ ਤੋਂ ਦੂਰ ਹੋਣਾ ਪਰ ਆਪਾਂ ਤਾਂ ਗੁਰੂ ਚਰਨਾਂ 'ਚ ਬੇਨਤੀ ਕਰਨੇ ਸੰਸਾਰ ਨਾਲ ਜੁੜਨ ਦੀ ਦੂਰ ਕਿੱਥੋਂ ਹੋ ਜਾਗੇ ਇਤੇ ਬੇਂਤੀ ਹੀ ਕਰਨੇ ਤੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇਓ ਮੇਰਾ ਫਰਲਾਣਾ ਕੰਮ ਬਣ ਜਾਏ ਟਮਕਾਣਾ ਕੰਮ ਬਣ ਜਾਵੇ ਕੋਈ ਵਿਰਲਾ ਹੀ ਹੈ ਤੰਦਨ ਰੱਬ ਸਾਰਿਆਂ ਚ ਬੈਠਾ ਹੈ ਘਟ ਘਟ ਮੇ ਹਰ ਜੂ ਸੰਤਨ ਕੋ ਉਪਕਾਰ ਰੱਬ ਸਾਰਿਆਂ ਚ ਬੈਠਾ ਹੈ ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਕਹਿੰਦੇ ਕੋਟਨ ਮੈਂ ਗਊ ਨਾਰਾਇਣ ਜੈ ਚੀਤ ਕਹਿੰਦਾ ਰੱਬ ਸਾਰਿਆਂ ਚ ਬੈਠਾ ਹੈ ਕਹਿੰਦਾ ਪੱਕੜਾ ਜੋ ਕੋਈ ਅਜਨੂੰ ਰੱਬ ਚੇਤੇ ਕਿਹੜੀ ਗੱਲੋਂ ਜਗ ਚੇਤੇ ਗੁਰੂ ਤੇਰੇ ਚਰਨਾਂ ਵਿੱਚ ਬੈਠਾ ਬੇਨਤੀ ਕਰਨ ਰਿਹਾ ਅਰਦਾਸ ਕਰਨ ਰਿਹਾ ਪਕਾਦੀ ਜਿੱਤੋ ਟੁੱਟਣਾ ਸੀ ਜਿੱਤੋ ਦੂਰ ਹੋਣਾ ਸੀ ਉਸੇ ਨਾਲ ਜੁੜਨ ਦੀ ਅਰਦਾਸ ਕਰਨ ਰਿਹਾ ਉਹਦੇ ਨਾਲ ਟੁੱਟਣ ਦੀ ਅਰਦਾਸ ਨਹੀਂ ਕਰਨ ਰਿਹਾ ਕੋਈ ਵੀ ਤਾਂ ਉਹਨਾਂ ਨੇ ਕਿਹਾ ਬਖਮੋ ਬਖਮ ਅਖਾੜਾ ਮੈਂ ਗੁਰ ਮਿਲ ਵਾ ਵਾ ਗੁਰੂ ਨਹੀਂ ਗੁਰ ਕਹਿੰਦੇ ਵੀ ਮੈਂ ਗੁਰੂ ਕੋਲ ਗਿਆ ਧਿਆਨ ਸੁਣਨਾ ਤਾਂ ਗੁਰੂ ਜਿੰਦੇ ਪੁੱਛਾ ਕਹਿੰਦੇ ਮੈਂ ਗੁਰੂ ਕੋਲ ਗਿਆ ਤੇ ਮੈਂ ਗੁਰੂ ਦੇ ਕੋਲ ਸੋਝੀ ਲਈ ਦੇਖੋ ਨਾ ਕੀ ਲਿਖਿਆ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਕਹਿੰਦੇ ਮੈਂ ਗੁਰੂ ਦੇ ਦਵਾਰੇ ਤੇ ਪਹੁੰਚ ਗਿਆ ਕਹਿੰਦਾ ਪਾਪ ਕੇ ਮੇਰੀ ਜਿਹੜੀ ਮੱਤ ਹੈ ਮੇਰੀ ਸੋਚ ਜਿਹੜੀ ਹੈ ਇਸ ਲੈਵਲ ਤੇ ਪਹੁੰਚ ਗਈ ਕਿ ਮੈਂ ਗੁਰੂ ਚਰਨਾ ਚ ਝੂਠੇ ਸੰਸਾਰ ਦੀ ਬੇਨਤੀ ਨਹੀਂ ਕੀਤੀ ਮੈਂ ਗੁਰੂ ਚਰਨਾ ਵਿੱਚ ਬੈਠਿਆ ਕਿ ਆ ਗੁਰੂ ਆਪਣੇ ਵਰਗਾ ਬਣਾ ਲੈ ਉਹ ਬੇਨਤੀ ਕੀਤੀ ਕਹਿੰਦੇ ਮੇਰੀ ਅਰਦਾਸ ਕਬੂਲ ਹੋ ਗਈ ਕਹਿੰਦਾ ਕੀ ਮਿਲਿਆ ਫਿਰ ਦੇਖੋ ਕੀ ਮਿਲਿਆ ਗੁਰਮਤ ਮਿਲੀ ਸੋਝੀ ਮਿਲੀ ਕਾਦੀ ਸ਼ਬਦ ਦੀ ਗੁਰ ਦੀ ਜੁਕਤੀ ਦੀ ਟੈਕਨੀਕ ਦੀ ਸੋਝੀ ਮਿਲੀ ਕਹ ਜਦੋਂ ਮੈਨੂੰ ਗੁਰੂ ਚਰਨਾਂ ਦੇ ਵਿੱਚੋਂ ਸੋਝੀ ਮਿਲੀ ਤੇ ਫਿਰ ਕੀ ਹੋਇਆ ਪਹਿਲਾਂ ਸੋਝੀ ਫਿਰ ਮਲਾਪ ਕਹਿੰਦਾ ਪਾਪਾ ਮੈਨੂੰ ਉਹਨਾਂ ਜਾਣਦਾ ਨਹੀਂ ਤੇ ਮੈਨੂੰ ਕਿੱਥੇ ਮਿਲਣਾ ਸੀ ਪਾਪਾ ਕਹਿ ਲੱਗਿਓ ਗੱਲ ਸੁਣੋ ਇਹ ਆਪਣੇ ਰਿਸ਼ਤੇਦਾਰ ਨੇ ਫਲਾਣਾ ਸੋ ਟਮਕਾਣਾ ਸੋ ਜੋ ਕੋਈ ਦੱਸਿਆ ਮੁੰਡਾ ਗਾਂ ਹੋਇਆ ਪੈਰੀਂ ਹੱਥ ਲਾਇਆ ਜੱਫੀ ਪਾਈ ਕਦੇ ਪਪਾ ਮਸਿਹਰ ਦਾ ਵੇਖਣ ਰਿਆ ਸੀ ਇਹਨਾਂ ਨੂੰ ਬੜੇ ਪਿਆਰੇ ਲੱਗਣ ਦੇ ਸੀ ਪਰ ਮੈਂ ਜਾਣਦਾ ਨਹੀਂ ਸੀ ਮਤਾਂ ਨਹੀਂ ਮਿਲਿਆ ਹੁਣ ਜਾਣਕਾਰੀ ਮਿਲ ਗਈ ਮਲਾਪ ਹੋ ਗਿਆ ਆਪਾਂ ਪਾਠ ਕਰਦੇ ਰਹੇ ਸਾਡੀ ਸੁੱਤ ਦਾ ਸ਼ਬਦ ਨਾਲ ਮਲਾਪ ਨਹੀਂ ਆ ਗੁਰਨਾਮ ਮਲਾਪ ਨਹੀਂ ਕੋਈ ਤੁਹਾਨੂੰ ਜਾਣਕਾਰੀ ਨਹੀਂ ਹੈ ਆਪਾਂ ਉੱਥੇ ਬੈਠੇ ਹਾਂ 1418 ਗਦੇ ਉੱਤੇ ਕੀ ਲਿਖਿਆ ਜਿੰਨੀ ਸਤਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਨਸ ਜੂਨ ਨਾ ਆਖੀਨ ਪਸੂ ਤੋਗੁਰ ਗਵਾਰ ਧਨ ਗੁਰ ਗ੍ਰੰਥ ਸਾਹਿਬ ਜੀ ਕਹ ਰਹੇ ਕਹਿੰਦੇ ਜਿਹੜਾ ਪੁਰਾਣੀ ਇਸ ਸ਼ਬਦ ਦੀ ਵਿਚਾਰ ਨਹੀਂ ਕਰਦਾ ਇਸ ਸ਼ਬਦ ਦੀ ਵਿਚਾਰ ਨਹੀਂ ਕਰਦਾ ਵਿਚਾਰ ਕਰਕੇ ਸੁੱਤ ਸ਼ਬਦ ਦਾ ਮਲਾਪ ਕਰਕੇ ਉਸ ਪਰਮਾਤਮਾ ਦੀ ਅਰਦਾਸ ਨਹੀਂ ਕਰਦਾ ਅਰਦਾਸ ਸੁੱਤ ਸ਼ਬਦ ਦੇ ਮਲਾਪ ਤੋਂ ਆ ਇੱਕ ਗੱਲ ਪੱਲੇ ਬੰਨੋ ਤਾਂ ਤਾਂ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ ਗੁਰੂ ਦਾ ਕੰਮ ਹੈ ਗੁਰ ਦੇਣਾ ਜੁਕਤੀ ਦੇਣੀ ਸ਼ਬਦ ਦੇਣਾ ਸਿਖਾਉਣਾ ਪਰੇ ਗੱਲੇ ਪੱਲੇ ਬੰਨਿਓ ساری ਉਮਰ ਗੁਰੂ ਲਾਗੇ ਬੈਠਾ ਰਿਆ ਕਹਿੰਦੇ ਕਿ ਖਾਲਸਾ ਸੀ ਕਿਸੇ ਮਹਾਂਪੁਰਖ ਕੋ ਰਹਿੰਦਾ ਹੁੰਦਾ ਸੀ ਮਹਾਂਪੁਰਖ ਕੋ ਰਹਿੰਦਾ ਤੇ ਉਹਨੂੰ ਰੋਜ਼ ਕਿਹਾ ਕਰਨ ਲੋਕੀ 12 ਸਾਲ ਹੋ ਗਏ ਤੇ ਰਹਿੰਦਾ ਲੱਭਾ ਕੀਉ ਐਵੇਂ ਇੱਥੇ ਰਹੀ ਜਾਣ ਰਿਆ ਜ਼ਿੰਦਗੀ ਬਰਬਾਦ ਕਰਨ ਰਿਆ ਹੂੰ ਜੇ ਬਾਬਾ ਜੀ ਦੇ ਪੱਲੇ ਕੁਝ ਤੈਨੂੰ ਦੇਣ ਨਾ ਜਾ ਕੇ ਦਾਤੋਂ ਨਿਕਲਦਾ ਪੀੜ ਚੋਂ ਉਹਦੀ ਗੱਲ ਮਨ ਚ ਟਿਕ ਗਈ। ਇਹ ਗੱਲ ਤੇ ਸਹੀ ਏ 12 ਸਾਲ ਹੋ ਗਏ ਮਿਲਿਆ ਤੇ ਕੁਝ ਵੀ ਨਹੀਂ ਅਜੇ ਤੱਕ। ਉਹ ਆਪਣੇ ਕਮਰੇ ਚ ਗਿਆ ਤੇ ਆਪਣਾ ਸਮਾਨ ਪੈਕ ਕੀਤਾ ਬਿਸਤਰਾ ਵੱਧਾ। ਕਹਿੰਦਾ ਵੀ ਚੱਲ ਫੇਰ ਬਾਬਾ ਇਹਦਾ ਸੀ ਚਲੀਏ ਬਈ ਚੱਲੇ ਤੈਨੂੰ ਕੋ ਮਿਲਿਆ ਤੇ ਕੁਝ ਆਇਆ ਨਹੀਂ। ਬਾਬਾ ਜੀ ਕੋਲ ਆਇਆ ਸਮਾਨ ਸੂੰ ਵੱਧਾ ਕਿ ਬਾਬਾ ਇਹ ਕਹਿੰਦੇ ਕਿੱਥੇ ਚੱਲਾਂ ਵੀ ਖਲਸਾ ਕੀ ਗੱਲ ਹੋ ਗਈ ਸਮਾਨ ਸੂੰ ਵੱਲ ਲਿਆ। ਕਹਿੰਦਾ ਬਾਬਾ ਜੀ ਮੈਂ ਜਾ ਰਿਹਾ। ਉਹ ਕਿੱਥੇ ਕਹਿੰਦਾ ਬਸ ਜਾ ਰਿਹਾ ਕੀ ਗੱਲ ਹੋ ਗਈ ਪੁੱਤਰ। ਕਹਿੰਦਾ 12 ਸਾਲ ਹੋ ਗਏ ਤੁਹਾਡੇ ਕੋ ਰਹਿੰਦਿਆਂ ਨੂੰ ਲੱਭਾ ਤੇ ਕੁਝ ਵੀ ਨਹੀਂ। ਬਈ ਵਾਹ ਬਈ ਵਾਹ ਬਈ ਵਾਹ। ਕਹਿੰਦੇ ਇਦਾਂ ਕਰ 12 ਸਾਲ ਮੇਰੇ ਕੋ ਗੁਜ਼ਾਰ ਲਏ 12 ਕਿਸੇ ਹੋਰ ਕੋ ਗੁਜ਼ਾਰ ਲਈ ਲੱਭਣਾ ਫਿਰ ਵੀ ਕੁਝ ਨਹੀਂ। ਅਗੋਂ ਵਸ ਕੇ ਕਹਿੰਦਾ ਤੁਸੀਂ ਸ਼ਰਾਬ ਦੇਣ ਦੇ ਹੋ? ਕਹਿੰਦੇ ਨਹੀਂ ਪੁੱਤਰ ਸ਼ਰਾਬ ਨਹੀਂ ਦੇਣ ਰਿਹਾ ਮੈਂ। ਮੈਂ ਸਮਝਾ ਰਿਹਾ ਵੀ 12 ਸਾਲ ਇਦਾਂ ਹੀ ਜਿਦਾਂ ਇੱਥੇ ਗੁਜ਼ਾਰੇ ਇਦਾਂ ਹੀ ਉੱਥੇ ਗੁਜ਼ਾਰ ਲਈ ਲੱਭਣਾ ਕੁਝ ਨਹੀਂ। ਕਹਿੰਦਾ ਉਹ ਕਿਉਂ? ਕਹਿੰਦੇ ਪੁੱਤ ਮੈਂ ਸਿਰੇ ਸ਼ਾਮ ਤੈਨੂੰ ਕਹਿਣਾ ਨਾਮ ਸਿਮਰਨ ਕਰਲਾ ਨਾਮ ਸਿਮਰਨ ਕਰਲਾ ਤੂੰ ਅੱਗੋਂ ਜਵਾਬ ਕੀ ਦੇਣਾ ਇੰਨੇ ਭਾਂਡੇ ਮਾਂਜੇ ਨੇ ਜੋੜੇ ਛਾੜੇ ਅਜੇ ਵੀ ਨਾਮ ਸਿਮਰਨ ਬਾਕੀ ਹੈ ਹੈ ਜੇ ਤੁਹਾਡ ਕੋ ਰਹਿ ਕੇ ਨਾਮ ਸਿਮਰਨ ਨਹੀਂ ਕਰਨਾ ਇਹਦਾ ਮਤਲਬ ਮਹਾਂਪੁਰਖ ਕਹਿੰਦੇ ਪੁੱਤ ਮੇਰਾ ਕਹਣਾ ਤੇ ਮੰਨਿਆ ਨਹੀਂ ਕਿਤੇ ਵੀ ਤੇ ਫਿਰ ਇਥੇ ਰਹਿਣ ਦਾ ਫਾਇਦਾ ਕੀ ਕਿਤੇ ਹੋਰ ਵੀ ਲੜਾ ਨਾਮ ਮੰਨੀ ਗੁਰੂ ਚੰਨਾ ਸਾਰੀ ਜ਼ਿੰਦਗੀ ਗੁਜ਼ਾਰਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਜੀ ਮੰਨੋ ਕਿਤੇ ਬੇੜਾ ਪਾਰ ਹੋਣਾ ਜੇ ਮੰਨੋਗੇ ਨਹੀਂ ਬੇੜਾ ਪਾਰ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਬਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਸਮਝਣੀ ਬਣੀ ਆਪਾਂ ਤਾਂ ਇੱਥੇ ਬੈਠੇ ਜਿਨੀ ਸਤਿਗੁਰ ਪੁਰਖ ਨਾਲ ਸੇਵਿਓ ਸ਼ਬਦ ਨਾਲ ਕੀ ਤੋਂ ਵਿਚਾਰ ਸ਼ਬਦ ਦੀ ਤੇ ਵਿਚਾਰ ਹੀ ਨਹੀਂ ਚੱਲਣ ਰਹੀ ਆਪਾਂ ਤਾਂ ਪਾਠ ਕਰੀ ਜਾਂਦੇ ਗਿੰਤੀਆਂ ਕਰੀ ਜਾਂਦੇ ਦੋ ਕਰਲਾ ਚਾਰ ਕਰਲਾ 6 ਕਰਲਾ 10 ਕਰਲਾ 20 ਕਰਲਾ ਗੁਰੂ ਸੱਭ ਨੇ ਇਹ ਨਹੀਂ ਕਿਆ ਤੂੰ ਸਵੇਰੇ ਮਰ ਜਾਣਾ ਇਹ ਨਹੀਂ ਕਿਤੇ ਵੀ ਉਹਨਾਂ ਨੇ ਸਿਰਫ ਇੱਕ ਹਿੰਟ ਦਿੱਤਾ ਹਮ ਆਦਮੀ ਹਾਂ ਇੱਕਦਮ ਹਿੰਟ ਦਿੱਤਾ ਕਹਿੰਦਾ ਆਪਣੀ ਜ਼ਿੰਦਗੀ ਜੀਣੀ ਹੋ ਨਾ ਅਗਰ ਗੁਰੂ ਦੀ ਇਸ ਗੁਰਬਾਣੀ ਨੂੰ ਸਮਝਣਾ ਹੀ ਤੇ ਆਪਣੇ ਮਨ ਚ ਇੱਕ ਪੰਕਤੀ ਧਾਰ ਕੇ ਮੈਂ ਇੱਕ ਸਾਦਾ ਬੰਦਾ ਅਗਲੇ ਦਾ ਮੈਨੂੰ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਜਿੱਦ ਤੱਕ ਤੇਰੇ ਮਨ ਚ ਟਿਕ ਗਿਆ ਵੀ ਅਗਲੇ ਸਾਲ ਦਾ ਮੈਨੂੰ ਕੋਈ ਭਰੋਸਾ ਨਹੀਂ ਫਿਰ ਤੈਨੂੰ ਗੁਰਬਾਣੀ ਦੀ ਸਮਝ ਲੱਗਣ ਲੱਗ ਪੂਗੀ ਹੁਣ ਪੰਗਾ ਕੀ ਹੈ ਕਿ ਤੂੰ ਤਾਂ ਮਿੱਦਾਂ ਲਾ ਕੇ ਬੈਠਾ ਮੈਂ ਤੇ 60 ਸਾਲ ਤੇ 100 ਸਾਲ ਜੀਣਾ ਹੈ ਨਾ ਕਈ ਸੱਜਣ ਮਿਲਣਗੇ ਸਾਡੀ ਤੇ ਖਾਨਦਨ ਚ ਕਹਿੰਦਾ 90 90 100 ਸਾਲ ਤੇ ਹੋ ਕੇ ਮਰਦੇ ਹਾਂ ਤੇ ਆਪਣੀ 40 ਸਾਲ ਬਾਅਦ ਮੌਤ ਹੋ ਗਈ। ਪਰ ਇਹ ਤੇ ਗੱਲ ਕਹਿਣ ਡਿਆ ਸੀ ਸਾਡੇ ਘਰ ਤੇ ਦੀਦਾ ਸਿਸਟਮ ਹੈ। ਉਹ ਕੋਈ ਸਿਸਟਮ ਨਹੀਂ ਹੈਗਾ। ਕੱਲੇ ਆਵੇ ਨਾਨਕਾ ਸੱਦਦੀ ਉੱਠੀ ਸਭ ਉਹਦਾ ਹੁਕਮ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਭ ਪ੍ਰਮਾਤਮਾ ਕਰਦਾ। ਸੋ ਧਿਆਨ ਨਾਲ ਫੜਿਓ ਜਰਾ ਸਿਰ ਇੱਕੇ ਗੱਲ ਤੇ ਟਿਕਿਆ ਜੇ ਅਸੀਂ। ਕਿ ਮੈਂ ਗੁਰਮਣ ਜੀਤਾ RAM ਤਨ ਗੁਰਾਜਾਂ ਦੇ ਪਾਚਾ ਕਹਿੰਦੇ ਮੈਂ ਗੁਰੂ ਨੂੰ ਮਿਲਿਆ। ਗੁਰੂ ਕੋ ਲਈ ਸੋਜੀ। ਪਹਿਲਾ ਮੈਂ ਗੁਰੂ ਕੋਲ ਗਿਆ ਫਿਰ ਮੇਰੀ ਮਤਗੁਰੂ ਕੋਲ ਗਈ ਫਿਰ ਗੁਰੂ ਦੇ ਕੋਲੋਂ ਗੁਰਮਤ ਲਈ ਫਿਰ ਮੇਰੀ ਸੁਰਤ ਜਿਹੜੀ ਹੈ ਜਦੋਂ ਜਾਣਕਾਰੀ ਮਿਲੀ ਗੁਰ ਦੀ ਸ਼ਬਦ ਦੀ ਫਿਰ ਮੇਰੀ ਸੁਰਤ ਸ਼ਬਦ ਨੂੰ ਮਿਲੀ ਜੇ ਤਾਂ ਮੇਰੀ ਸੁਰਤ ਸ਼ਬਦ ਦਾ ਮਲਾਪ ਹੋਇਆ ਤੇ ਤਾਂ ਜਾ ਕੇ ਮੈਂ ਅਖਾੜਾ ਤਾਂ ਇਹ ਮੈਂ ਜਿਹੜਾ ਲੜਾਈ ਦਾ ਮੈਦਾਨ ਸੀ ਨਾ ਇਹ ਚ ਜਿੱਤ ਸਕਿਆ ਉਹਦਾ ਮਜੇਤ ਨਹੀਂ ਸਕਦਾ ਸੀ ਤੇ ਆਪਾਂ ਨੇ ਗੁਰੂ ਨੂੰ ਮਿਲ ਕੇ ਜਿੱਤਣ ਦੀ ਕੋਸ਼ਿਸ਼ ਕਰ ਲਈ ਅਗਲਾ ਕੰਮ ਹੀ ਨਹੀਂ ਕੀਤਾ ਉਹ ਚਾਰ ਕਰਕੇ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧਿਆਨ ਨਾਲ ਪੜਿਆ ਕਰੋ ਉਹਨਾਂ ਲਿਖਿਆ ਸੁਣ ਸਿੱਖ ਐ ਸਾਧਨਾ ਆਵੀ ਕਹਿੰਦੇ ਸਿੱਖਿਆ ਸੁਣ ਕੇ ਅਨਹਦ ਸ਼ਬਦ ਦਾ ਦਸਨ ਦਵਾਰ ਦੀ ਬਿੱਤੀ ਦਾ ਸਵਾਦ ਨਹੀਂ ਆ ਜਾਂਦਾ ਕਹਿੰਦੇ ਕਿਉਂ ਕਹਿੰਦੇ ਜੱਚਰ ਗੁਰਮੁਖ ਸ਼ਬਦ ਨਾਲ ਲੱਗੇ ਜਿੰਨਾ ਚਿਰ ਗੁਰਮਖਾਂ ਵਾਂਗ ਨਾ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜ ਜਾਂਦੀ ਗੁਰ ਨਾਲ ਨਹੀਂ ਜੁੜ ਜਾਂਦੀ ਜ਼ੁਕਤੀ ਨਾਲ ਨਹੀਂ ਜੁੜ ਜਾਂਦੀ ਉਹਨਾਂ ਚਿਰ ਕੋਈ ਫਾਇਦਾ ਨਹੀਂ ਹੈ ਜਿਸ ਕੋਈ ਫਾਇਦਾ ਨਹੀਂ ਹੈ ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ ਫਿਰ ਕੀ ਕਹਿੰਦੇ ਕਹਿੰਦੇ ਗੁਰਮੁਖ ਜੀਤਾ ਹਰ ਹਰ ਕੀਤਾ ਟੁੱਟੀ ਪੀਤਾ ਪਰਮਗੜਾ ਬਾਬਾ ਕਹਿੰਦੇ ਕਹਿੰਦੇ ਗੁਰਮੁਖ ਜੀਤਾ ਹਰ ਹਰ ਕੀਤਾ ਆਂਦਾ ਜਿਸ ਦਿਨ ਮੇਰੀ ਬਿਰਤੀ ਮੇਰੀ ਸੁੱਤ ਜਿਹੜੀ ਹੈ ਸ਼ਬਦ ਨਾਲ ਜੁੜ ਗਈ ਦੁਆ ਨਾ ਮਲਾਪ ਹੋ ਗਿਆ ਗੁਰ ਮਿਲ ਜਦੋਂ ਮੈਂ ਗੁਰ ਨੂੰ ਮਿਲਿਆ ਮੇਰੀ ਸੁੱਤ ਤਸ਼ਬਦ ਦਾ ਮਲਾਪ ਨੂੰ ਗੁਰ ਮਲਾਪ ਕਹਿੰਦੇ ਆ ਕਹਿੰਦੇ ਗੁਰ ਮਿਲ ਜੀਤਾ ਹਰ ਹਰ ਕੀਤਾ ਹੁਣ ਕਹਿੰਿਆ ਨਾ ਕੀ ਕਹਦਾ ਜਦੋਂ ਮੈਂ ਗੁਰੂ ਨੂੰ ਮਿਲਿਆ ਫਿਰ ਮੈਂ ਹਰੀ ਹਰੀ ਕੀਤਾ ਜੀ ਨਹੀਂ 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 ਸੁਣਨਾ ਤੇ ਆਣਾ ਕਹਿੰਦੇ ਗੁਰ ਮਿਲ ਜੀਤਾ ਹਰ ਹਰ ਕੀਤਾ ਹਰ ਹਰ ਅੱਖਰ ਕਿਉਂ ਵਰਤੇ ਕੋਈ ਗੁਰਸਖ ਪਿਆਰਾ ਬੈਠਾ ਭਗਤੀ ਕਰਨ ਰਿਹਾ ਲੱਗੇ ਬੰਦਾ ਬੈਠਾ ਉਹਨੂੰ ਨਹੀਂ ਪਤਾ ਰੱਬ ਰੱਬ ਰਾਮ ਰਾਮ ਕਰਨ ਰਿਹਾ ਕਿ ਵਾਇਗਰੂ ਵਾਇਗਰੂ ਕਰਨ ਰਿਹਾ ਕਿ ਅੱਲਾ ਅੱਲਾ ਕਰਨ ਰਿਹਾ ਉਹਨੂੰ ਨਹੀਂ ਪਤਾ ਕਿਉਂਕਿ ਉਹ ਆਪਣੇ ਅੰਦਰ ਲੱਗਾ ਹੋਇਆ ਚੌਂੜਾ ਮਾਰ ਕੇ ਬੈਠਾ ਤੇ ਕਿਸੇ ਨੇ ਪੁੱਛਿਆ ਭਾਈ ਸਾਹਿਬ ਕੀ ਕਰਨ ਰਹੇ ਹੋ ਕਹਿੰਦਾ ਰੱਬ ਰੱਬ ਕਰਨ ਰਹੇ ਹਾਂ ਇਹਦਾ ਮਤਲਬ ਜਿਹੜਾ ਪ੍ਰਾਣੀ ਨਾਮ ਸਿਮਰਨ ਕਰਨ ਲੱਗ ਪੈਂਦਾ ਸੁੱਤ ਸ਼ਬਦਾਂ ਮਲਾਪ ਕਰ ਲੈਂਦਾ ਤੇ ਉਹਦਾ ਬਾਹਰੋਂ ਨਾਂ ਰੱਖਿਆ ਜਾਂਦਾ ਹੈ ਹਰੀ ਹਰੀ ਕਰਨ ਰਿਹਾ ਰੱਬ ਰੱਬ ਕਰਨ ਰਿਹਾ ਤਾਂ ਮੈਂ ਰੱਬ ਨਾਲ ਜੁੜ ਗਿਆ ਧਿਆਨ ਉਸ ਪਾਸੇ ਲੱਗ ਗਿਆ ਤੇ ਗੁਰੂ ਸਭਨ ਕਹਿੰਦੇ ਤੁਹਾਨੂੰ ਗੁਰ ਅਜੰਦੇ ਪਾਤਸ਼ਾਹ ਕਹਿੰਦੇ ਗੁਰਮੁਲ ਜੀਤਾ ਹਰ ਹਰ ਕੀਤਾ ਕਹਿੰਦੇ ਜਦੋਂ ਮੈਂ ਗੁਰਨਾਮਲਾਪ ਕੀਤਾ ਸਤਿ ਸ਼ਬਦਾਂ ਦਾ ਮਲਾਪ ਹੋਇਆ ਕਹਿੰਦੇ ਫਿਰ ਮੈਂ ਰੱਬ ਰੱਬ ਕੀਤਾ ਉਦੋਂ ਪਹਿਲਾਂ ਮੈਂ ਰੱਬ ਰੱਬ ਵੀ ਨਹੀਂ ਕਰਨ ਰਿਹਾ ਸੀ ਕਦੀ ਸਤਿ ਸ਼ਬਦਾਂ ਦਾ ਮਲਾਪ ਆ ਤਾਂ ਹਰੀ ਹਰੀ ਕੀਤਾ ਤਾਂ ਉਦੋਂ ਪਾਸੇ ਧਿਆਨ ਲੱਗਾ ਜਿੰਨਾ ਚਿਰ ਮੈਂ ਨਾਮ ਸਿਮਰਨ ਨਹੀਂ ਕੀਤਾ ਮੇਰਾ ਧਿਆਨ ਲੱਗਦਾ ਹੀ ਨਹੀਂ ਸੀ ਮੈਨੂੰ ਰੱਬ ਦੀ ਯਾਦ ਹੀ ਨਹੀਂ ਸੀ ਆਉਂਦੀ ਮੈਂ ਕਦੀ ਹਰੀ ਹਰੀ ਕੀਤਾ ਹੀ ਨਹੀਂ ਸੀ ਤੇ ਗੱਲ ਸੱਚ ਦੇ ਹੁਣ ਆਪਾਂ ਪਾਠ ਕਰਨ ਰਹੇ ਹਾਂ ਬਾਣੀ ਪੜ੍ਹ ਰਹੇ ਹਾਂ ਸਾਡਾ ਮਨ ਬਿਰਤੀ ਸਾਡਾ ਖਿਆਲ ਕੀ ਹੈ ਫਿਰ ਮਸੇਰੇ ਉੱਠੇ ਨੇ ਇਤਨੇਮ ਕਰਨਾ ਲੱਗਾ ਸਾਡੇ ਮਨ ਦੇ ਅੰਦਰ ਇੱਕ ਧਾਰਨਾ ਆ ਅੰਦਰ ਸੋਚ ਆ ਵੀ ਕਿਤੇ ਗੁਰੂ ਅੱਜ ਫਲਾਣਾ ਕੰਮ ਮੇਰਾ ਕਰ ਦੇਗੇ ਕਿਤੇ ਫਲਾਣੀ ਚੀਜ਼ ਮੈਨੂੰ ਕਿਤੇ ਮਿਲ ਜਾਵੇ ਅਸੀਂ ਗੌਰ ਨਹੀਂ ਕੀਤੀ ਕਪੱਤੀਆਂ ਨਹੀਂ ਦਿੱਤਾ ਉਹਨਾਂ ਕਹ ਗੁਰਮੁਖੀ ਜੀਤਾ ਹਰ ਹਰ ਕੀਤਾ ਹੁਣ ਗੁਰ ਦੇ ਕਈ ਮਤਲਬ ਨੇ ਗੁਰ ਤੇ ਗੁਰੂ ਚ ਫਰਕ ਆ ਅਸੀਂ ਲੋਕਾਂ ਨੇ ਗੌਰਨਿੰਗ ਕੀਤੀ ਅਸੀਂ ਮੰਨਦੇ ਹੀ ਨਹੀਂ ਕਹਿੰਦੇ ਗੋਰੀ ਗੁਰੂ ਆ ਆਪਾਂ ਦੂ ਔਂਗਣਾ ਚੱਕੇ ਕੋਲੋਂ ਲਾਤੀਆਂ ਮਣੀ ਚ ਮੰਗਤੀ ਪੜ ਲਓ ਨਾਲ ਲੈ ਕੇ ਜਾਇਓ ਜੇ ਜ਼ਰੂਰੀ ਜੇ ਕਿਹੜੀ ਗੁਰ ਜਹਾਜ ਖੇਵਟ ਗੁਰੂ ਗੁਰਬਿੰਦਰਿਆ ਨਾ ਕੋਈ ਦੇਖੋ ਕਹਿੰਦੇ ਜਿੰਨੇ ਗੁਰ ਗੋਪਿਆ ਆਪਣਾ ਤਸ ਠੌਰ ਨਾ ਠਾਉ ਖਲਤਪਲਤ ਦੋਵੇਂ ਗਏ ਦਰਗੇ ਨਹੀਂ ਥੋ ਲਾਹਬਾਬ ਜਿਹਨ ਗੁਰਗੋਪਿਆ ਆਪਣਾ ਕਿ ਕਰ ਜਿਹਨ ਆਪਣਾ ਗੁਰੂ ਛਪਾਲਿਆ ਕਦੀ ਗੁਰੂ ਛਪਦਾ ਕਦੀ ਗੁਰੂ ਛਪਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਦਾਤ ਦਿੱਤੀ ਤੇ ਭਾਈ ਲਹਿਣਾ ਜੀ ਦੇ ਅੰਦਰ ਜਦੋਂ ਪ੍ਰਕਾਸ਼ ਪ੍ਰਗਟ ਹੋਇਆ ਪ੍ਰਕਾਸ਼ ਕਿਹਨੂੰ ਕਹਿੰਦੇ ਗੁਰੂ ਨੂੰ ਅੰਦਰ ਗੁਰੂ ਪ੍ਰਗਟ ਹੋਇਆ ਪ੍ਰਕਾਸ਼ ਪ੍ਰਗਟ ਹੋਇਆ ਤੇ ਤਨਗੁਰੂ ਨਾਨਕ ਪਾਤਸ਼ਾਹੀ ਭਰੀ ਸੰਗਤ ਅੰਦਰਵਾਜ ਮੰਨ ਰਿਆ ਅੰਗਦ ਕਿਹੜੀ ਕਰਨੂ ਅੰਗਦ ਕਹਤਾ ਵੀ ਤੂੰ ਮੇਰਾ ਇੱਕ ਅੰਗ ਬਣ ਗਿਆ ਇਹਦਾ ਮਤਲਬ ਤੇਰੇ ਅੰਦਰ ਪ੍ਰਕਾਸ਼ ਉਜਾਗਰ ਹੋ ਗਿਆ ਤੇ ਜੇ ਨਾ ਉਜਾਗਰ ਹੁੰਦਾ ਤੇ ਭਾਈ ਲੈਣਾ ਅਗਲਾ ਗੁਰੂ ਕੌਣ ਬਣਦਾ ਬਈ ਸੋਚਣ ਵਾਲੀ ਗੱਲ ਹੈ ਨਾ ਸੋ ਗੁਰੂ ਨਹੀਂ ਸ਼ਬਦਾਂ ਉੱਥੇ ਕੀ ਲਿਖਿਆ ਜਿਨ ਗੁਰ ਗੋਪਿਆ ਆਪਣਾ ਗੁਰ ਯੁਗਤੀ ਨੂੰ ਕਹਿੰਦੇ ਐ ਟੈਕਨੀਕ ਨੂੰ ਕਹਿੰਦੇ ਐ ਇਸ ਤਰ੍ਹਾਂ ਰਾਤ ਦਾ ਟਾਈਮ ਸੀ ਮੱਧਮ ਜੀ ਹਨੇਰਾ ਹੋ ਗਿਆ ਤੇ ਜਦੋਂ ਨਾ ਇੱਕ ਗੁਰਸਿੱਖ ਪਿਆਰਾ ਕਿਤੇ ਚੱਲਿਆ ਚੱਲਿਆ ਤੇ ਆਪਣੇ ਹੱਥ ਵਿੱਚ ਮੋਮਬਤੀ ਤੇ ਮਾਚਸ ਫੜ ਲਈ ਹੱਥ ਚ ਪਿਆ ਰਸਤੇ ਤੇ ਹਨੇਰਾ ਆ ਜਗਾ ਲਾਂਗੇ ਲੈ ਕੇ ਤੁਰ ਪਿਆ ਥੋੜਾ ਜਿਹਾ ਅੱਗੇ ਗਿਆ ਤੇ ਖੱਡਾ ਸੀ ਕੋਈ ਨਿਗਾਹ ਜ ਆ ਉੱਚ ਉਹਦਾ ਪੈਰ ਪੈ ਗਿਆ ਡੇ ਕੋ ਪਿਆ ਸੱਟ ਲੱਗ ਗਈ ਅਗੋ ਕਾਰ ਤੇ ਕੋਈ ਆਉਂਦਾ ਸੀ ਉਹਦੀ ਲਾਈਟ ਜਿਆਦਾ ਸੀ ਉਹਨੇ ਵੇਖਿਆ ਤੇ ਕੋਈ ਡਿੱਗ ਪਿਆ ਉਹਨੇ ਫਟਾਫਟ ਗੱਡੀ ਰੋਕੀ ਉਹਨੂੰ ਚੁੱਕਿਆ ਕਹਿੰਦਾ ਭਾਜੀ ਸੜਤਨ ਲੱਗੀ ਕਹਿੰਦਾ ਮਾੜੀ ਜਿਹੀ ਲੱਗੀ ਕੋਈ ਗੱਲ ਨਹੀਂ ਕਹ ਚੋਚਾ ਤਰ ਮੈਂ ਗੱਡੀ 'ਚ ਪਾ ਕੇ ਹਸਪਤਾਲ ਲੈ ਜਾਂਦਾ ਉਹ ਗੱਡੀ 'ਚ ਪਾਉਣ ਲੱਗਾ ਤੇ ਕੀ ਵੇਖਦਾ ਜਿਹੜਾ ਡਿੱਗਾ ਸੀ ਉਹਦੇ ਹੱਥ 'ਚ ਮੋਮਬਤੀ ਤੇ ਮਾਚਸ ਬੜੀ ਹੋਈ ਉਹ ਕਹਿੰਦਾ ਭਾਜੀ ਆ ਮੋਮਬਤੀ ਤੁਹਾਡੇ ਕੋਲ ਮਾਚਸ ਤੁਹਾਡੇ ਕੋਲ ਕਹਿੰਦਾ ਹਾਂ ਜੀ ਪਤਾ ਕੰਦਾ ਮੈਨੂੰ ਵੀ ਮੇਰੇ ਕੋਲ ਹੈਗੀ ਹੈ ਕੰਦਾ ਉਹ ਖਾਲਸਾ ਜੀ ਜਗਾਲ ਲੈਨੋ ਨਾ ਤੂੰ ਵੀ ਵੱਜਣਾ ਸੀ ਕਿਸੇ ਹੋਰ ਨੂੰ ਵੀ ਬਚਾ ਦੇਣਾ ਸੀ ਸਿਰਫ ਮਮਤੀ ਤੇ ਮਾਚਸ ਨਾ ਜਗਾਉਣ ਕਰਕੇ ਡਿਗ ਪਿਆ ਕੰਦਾ ਹਾਂ ਜੀ ਕੰਦਾ ਮੈਨੂੰ ਪਤਾ ਮੇਰੇ ਕੋਲ ਮਾਚਸ ਹੈਗੀ ਹੈ ਮਮਤੀ ਹੈਗੀ ਮੈਨੂੰ ਪਤਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਹੋਪਨ ਕਰੇ ਜਾਣਦੇ ਸਭ ਕੁਝ ਹੀ ਅਸੀਂ ਐਡੀ ਕੋ ਗੱਲ ਨਹੀਂ ਹੋਈ ਸਭ ਨੂੰ ਪਤਾ ਬੇ ਨਾਮ ਸਿਮਰਨ ਕਰਕੇ ਬੇੜਾ ਪਾਰ ਹੋਣਾ ਜਾਣਦੇ ਸਾਰੇ ਹੀ ਆ ਬਾਰਾ ਉਹ ਵੀ ਜਾਣਦਾ ਸੀ ਕਿ ਮਮਬਤੀ ਮੇਰੇ ਅੱਤੇ ਪੜੀ ਐ ਡੱਬੀ ਮੇਰੇ ਅੱਤੇ ਪੜੀ ਐ ਬੱਚੇਗਾ ਹੀ ਨਹੀਂ ਹੁਣ ਤਾਂ ਲਿਓ ਅਗਰ ਇੱਕ ਥੀਲਾ ਦੀ ਡੱਬੀ ਇੱਕ ਦਿੱਲੀ ਉਹਦੇ ਚੋਂ ਜਗਾ ਦਿੰਦਾ ਤੇ ਮਮਬਤੀ ਜਗ ਪੈਣੀ ਸੀ ਤੇ ਖੱਡਾ ਦਿਖਾਈ ਦੇਣ ਲੱਗ ਪਣਾ ਸੀ ਬੱਚਿਆਂ ਨਾਲ ਅਸੀਂ ਹੁਣ ਜਿਹਨੇ ਗੁਰਗੋਪਿਆ ਆਪਣਾ ਉਹਨੇ ਆਪਣਾ ਹਨਰ ਸਿਪਾ ਲਿਆ ਤੇ ਗੁਰੂ ਸਾਹਿਬਣ ਕੀ ਕਹਿੰਦੇ ਕਹਿੰਦੇ ਮਨਾ ਜਿਵੇਂ ਉਹ ਇਨਸਾਨ ਮੋਮਬਤੀ ਜਗਾ ਸਕਦਾ ਸੀ ਬਾਂਦਰ ਦੇ ਹੱਥ 'ਚ ਫਰਾਦੇ ਨਹੀਂ ਜਗਾ ਸਕਦਾ ਨਕਲ ਕਰਦਾ ਪਰ ਅਗ ਨਹੀਂ ਜਲਾਉਂਦਾ ਕਹਿੰਦੇ ਹਾਂਜੀ ਕਹਿੰਦੇ ਫਿਰ ਧਿਆਨ ਦੇ ਜਿਨ ਗੁਰ ਗੋਪਿਆ ਆਪਣਾ ਨੇ 84 ਲੱਖ ਜੁਨ ਦੇ ਅੰਦਰੋਂ ਸਿਰਫ ਇੱਕ ਮਨੁੱਖ ਜਨਮ ਵਿੱਚ ਜਿਹੱਚ ਗੋਰ ਰੱਖਿਆ ਪਰਮਾਤਮਾ ਨੇ ਇੱਕ ਜੁਗਤੀ ਰੱਖੀ ਹੈ ਕਿ ਤੂੰ ਗੁਰੂ ਦੇ ਲੜ ਲਾ ਕੇ ਆਪਣੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਹੁਣ ਤੇਰੀ ਜਿਹੜੀ ਸੁਰਤ ਆ ਉਹ ਕੀ ਹੈ ਮੋਮਬਤੀ ਹੈ ਤੇ ਗੁਰੂ ਦਾ ਇੱਕ ਸ਼ਬਦ ਕੀ ਹੈ ਇੱਕ ਮਾਸਿਸ ਦੀ ਤਿੱਲੀ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌੜ ਜਨਮ ਨਾਮ ਇੱਕ ਸ਼ਬਦ ਲੈ ਕੇ ਗੁਰੂ ਦੇ ਚਰਨਾਂ ਦੇ ਵਿੱਚੋਂ ਆਪਣੀ ਸੁਰਤ ਰੂਪੀ ਮੁੰਬਤੀ ਨਗਰ ਲਾ ਦੇਨੋ ਤੇ ਤੇਰੀ ਸੁਰਤ ਜਾਗਰੂਤ ਹੋ ਜਾਣੀ ਹੈ ਤੇ ਤੈਨੂੰ ਸੱਚ ਕਰਨ ਜਾਣ ਦਾ ਦਸਨ ਦੁਆਰ ਦਾ ਰਸਤਾ ਦਿਖਾਈ ਦੇਣ ਲੱਗ ਪੜਾ ਪਰ ਕੀਤਾ ਨਹੀਂ ਹੋ ਗੰ ਹੁਣ ਲਾਓ ਸਾਹਿਬ ਗੁਰ ਲਿਖਿਆ ਲਓ ਤੇ ਤੇ ਗੁਰੂ ਲਿਖਿਆ ਹੀ ਨਹੀਂ ਸੋ ਵਿਚਾਰ ਕਰਨਾ ਕਹਿੰਦੇ ਗੁਰਮੁਲ ਜੀਤਾ ਹਰ ਹਰ ਕੀਤਾ ਤਨ ਗੁਰ ਰਜਨ ਦੇ ਪਛਾਹ ਕਹਿੰਦਾ ਜਿਸ ਦਿਨ ਮੇਰੀ ਸੁੱਤ ਸ਼ਬਦ ਨਾ ਮਿਲੀ ਮੈਂ ਗੁਰ ਨਾਲ ਮੁਲਾਪ ਕੀਤਾ ਕਹਿੰਦਾ ਤਾਂ ਮੈਂ ਹਰ ਹਰ ਕੀਤਾ ਤਾਂ ਮੇਰਾ ਧਿਆਨ ਲੱਗਾ ਪਰਮਾਤਮਾ ਵੱਲੇ ਪਾਸੇ ਕਹਿੰਦਾ ਟੁੱਟੀ ਪੀਤਾ ਵਾ ਵਾ ਪੀਤਾ ਕਿੰਨੂੰ ਕਹਿੰਦੇ ਗੰਧ ਨੂੰ ਭਰਮ ਘੜਾ ਪਰਮ ਕਿੰਨੂੰ ਕਹਿੰਦੇ ਪਟਕਣਾ ਘੜਾ ਕਿੰਨੂੰ ਕਹਿੰਦੇ ਕਿਲੇ ਨੂੰ ਕਹਿੰਦੇ ਜਿਹੜੀ ਮਨ ਦੀ ਪਟਕਣਾ ਦਾ ਕਿਲਾ ਸੀ ਨਾ ਮੈਂ ਉੱਚ ਕਹਿ ਦ ਸੀ ਕੌਣ ਕਰਿਆ ਮਨ ਦੀ ਬਾਤ ਹੈ ਕਹਿੰਦੇ ਮਨ ਦੀ ਭਟਕਣਾ ਦਾ ਕਿਲਾ ਸੀ ਮੈਂ ਉਹਦੇ ਚ ਕੈਦ ਸੀ ਮੈਨੂੰ ਤੇ ਡਰ ਹੀ ਨਹੀਂ ਸੀ ਮੈਂ ਬਾਹਰ ਨਿਕਲ ਸਕਦਾ ਹੀ ਨਹੀਂ ਸੀ ਬੜਾ ਮੈਂ ਪਰੇਸ਼ਾਨ ਸੀ ਔਰ ਇਹ ਵੀ ਨਹੀਂ ਆਜਦਾ ਬੜੇ ਚਿਰ ਦਾ ਕਹਦੀ ਸੀ ਕਹਿੰਦੇ ਫਿਰ ਕੀਆ ਕਹਿੰਦੇ ਗੁਰਮੁਲ ਕੀਤਾ ਹਰ ਹਰ ਕੀਤਾ ਹਾਂ ਦਾ ਜਦੋਂ ਮੈਨੂੰ ਗੁਰ ਮਿਲਿਆ ਗੁਰੂ ਗ੍ਰੰਥ ਸਾਹਿਬ ਚੱਲਣਾ ਜੁੜ ਕੇ ਮੈਂ ਸੋਝੀ ਲਈ ਗੁਰਮਤ ਹਾਸਲ ਕੀਤੀ ਗੁਰਬਾਣੀ ਪੜ੍ਹੀ ਉਹਦੀ ਵਿਚਾਰ ਕੀਤੀ ਵਿਚਾਰ ਕਰਕੇ ਜਦੋਂ ਮੇਰੀ ਸੁੱਟ ਦਾ ਸ਼ਬਦ ਨਾਲ ਮਲਾਪ ਹੋਇਆ ਕਿਉਂਕਿ ਮੈਨੂੰ ਸ਼ਬਦ ਦੀ ਜਾਣਕਾਰੀ ਮਿਲ ਗਈ ਗੁਰ ਦੀ ਜਾਣਕਾਰੀ ਮਿਲ ਕੇ ਉਹ ਮਲਾਪ ਹੋ ਗਿਆ ਇਹ ਤਾਂ ਮਲਾਪ ਹੋਇਆ ਕਹਿੰਦੇ ਫਿਰ ਕਹਿੰਦੇ ਉਹਦੇ ਮਲਾਪ ਹੋਣ ਦੇ ਨਾਲ ਬੜੀ ਕਿਰਪਾ ਹੋਈ ਕਹਿੰਦੇ ਕਿ ਐਸੀ ਕਿਰਪਾ ਹੋਈ ਕਹਿੰਦੇ ਉਹਨੇ ਮੇਰੇ ਝਟਕਣਾ ਦਾ ਫਿਲਾ ਸੀ ਨਾ ਉਹਦੀ ਖੰਧ ਟੁੱਟ ਗਈ ਟੁੱਟੀ ਪਿੱਤਾ ਉਹਦੀ ਖੰਧ ਟੁੱਟ ਗਈ ਅਗਰ ਕਹਿੰਦਾ ਮੈਂ ਆਜ਼ਾਦ ਹੋ ਗਿਆ ਕੰਨਾ ਫਿਰ ਮੈਂ ਢਟਕਣਾ ਦੀ ਕਿਲੇ ਚੋਂ ਆਜ਼ਾਦ ਹੋ ਗਿਆ ਜਦੋਂ ਆਜ਼ਾਦ ਹੋਇਆ ਕੰਨਾ ਫਿਰ ਮੈਂ ਆਪਣੇ ਘਰ ਨੂੰ ਭਜਾ ਵਾਇਗਰ ਫਿਰ ਮੈਂ ਦਸੰਦਵਾਰ ਨੂੰ ਭਜਾ ਫਿਰ ਮੈਨੂੰ ਸੋਚੀ ਆਈ ਫਿਰ ਮੇਰੀ ਡਾਰੀ ਹੋਈ ਫਿਰ ਮੇਰੀ ਮੱਤ ਉੱਚੀ ਹੋਈ ਤੇ ਜਿੰਨਾ ਚਿਰ ਮੇਰੀ ਮੱਤ ਢਟਕਣਾ ਜੀ ਖੁਸ਼ੀ ਹੈ ਮੈਂ ਕਦੀ ਆਹ ਫੁਲਾਉ ਸਾਹਿਬ ਬੈਠੇ ਆਪਣਾ ਗੁਰੂ ਕਰਿਆ ਪੜਨਾ ਪਾ ਬਾਣੀ ਦਾਇਆ ਚਰਣਾ ਨਾ ਕਿਸੇ ਨੂੰ ਅਸੀਂ ਕਿਨੂੰ ਆਪਣੀ ਮਨਵਿਰਤੀ ਨੂੰ ਆਪਣੇ ਮਨ ਨੂੰ ਛਡਾਉਣਾ ਹੈ ਤੇ ਮਨ ਕਹਦੀ ਏ ਅਸੀਂ ਛਡਾਉਣ ਬਾਰੇ ਤੇ ਗੁਰੂ ਨਾਲ ਗੱਲ ਕੋਈ ਨਹੀਂ ਕੀਤੀ ਅਸੀਂ ਤਾਂ ਸਗੋਂ ਮਨ ਨੂੰ ਕਹਦੀ ਕਰਨ ਰਹਾ ਕਿਦਾਂ ਇਦਾਂ ਮੰਗੇ ਇਹ ਸੰਸਾਰ ਇਦਾਂ ਮੰਗੇ ਨਹੀਂ ਬਿੰਦ ਰੰਗ ਕਰਕੇਵੇਂ ਮਿਲਣਾ ਅੰਦਰ ਪ੍ਰਕਾਸ਼ ਕਿਵੇਂ ਹੋਣਾ ਹੈ ਤੇ ਪੁੱਛੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਈ ਤੇ ਇੰਨਾ ਪੁੱਛਿਆ ਪੁੱਤਾਂ ਗੁਰੂ ਗ੍ਰੰਥ ਸਾਹਿਬ ਜੀ ਕਿਹੜਾ ਬਾਣੀ ਆ ਕਿਹੜਾ ਪਾਠ ਆ ਕਰਨਾ ਸੰਸਾਰ ਮਿਲਦਾ ਟੁਕੜੇ ਟੁਕੜੇ ਕਰਤੇ ਫੜ ਕੇ ਆਹ ਸ਼ਬਦ ਪੜ ਲਵਾਂ ਮਿਲਦਾ ਆਹ ਸ਼ਬਦ ਪੜ ਲਵਾਂ ਮਿਲਦਾ ਗੁਰੂ ਪਿਆਰਿਓ ਗੁਰਬਾਣੀ ਜਿੱਥੇ ਮਰਜੀ ਪੜ ਲਓ ਜਿੱਥੇ ਮਰਜੀ ਕੇਵਲ ਤਾਂ ਕੇਵਲ ਗੁਰ ਦਾ ਗਿਆਨ ਮਿਲਦਾ ਹੈ ਕੇਵਲ ਤਾਂ ਕੇਵਲ ਸ਼ਬਦ ਦੀ ਸੋਝੀ ਮਿਲਦੀ ਹੈ ਐਸੀ ਗੱਲ ਨਹੀਂ ਕੀਤੀ ਕਿ ਤਨ ਗੁਰ ਜੰਦੇ ਪਾਚਾ ਕਹਿੰਦੇ ਕਹਿੰਦੇ ਪਾਇਆ ਖਜ਼ਾਨਾ ਬਹੁਤ ਨਦਾਨਾ ਸੰਤ ਮੇਰੀ ਆਪ ਘੜਾ ਕਹਿੰਦੇ ਜਗ ਵਾਲਿਓ ਜਦੋਂ ਮੇਰੀ ਬਿਰਤੀ ਉਸ ਕਾਇਤਛਾ ਛੁੱਟ ਗਈ ਕਹਿੰਦੇ ਉਹਦੋਂ ਦਾ ਸਮਾਂ ਛੁੱਟਿਆ ਕਿਦਾਂ ਜੇ ਕਹਿੰਦੇ ਜੋ ਛੁੱਟਿਆ ਪਾਇਆ ਖਜ਼ਾਨਾ ਵਾਹ ਵਾਹ ਕਹਿੰਦੇ ਮੈਂ ਖਜ਼ਾਨਾ ਪ੍ਰਾਪਤ ਕਰ ਲਿਆ ਬਹੁਤ ਨਿਧਾਨਾ ਵਾਹ ਵਾਹ ਕਹਿੰਦੇ ਜਿਹੜਾ ਖਜ਼ਾਨਾ ਨਾ ਜਿਹੜਾ ਮੈਂ ਪ੍ਰਾਪਤ ਕੀਤਾ ਕਹਿੰਦੇ ਬੜਾ ਵੱਡਾ ਖਜ਼ਾਨਾ ਕੋਈ ਛੋਟਾ ਮੋਟਾ ਨਹੀਂ ਹੈ ਕਹਿੰਦੇ ਕਿਵੇਂ ਕਹਿੰਦੇ ਇੱਕ ਬੰਦੇ ਨੂੰ ਕਰੋੜ ਰੁਪਇਆ 2 ਕਰੋੜ 10 ਕਰੋੜ 1000 ਕਰੋੜ 2000 ਕਰੋੜ 10000 ਕਰੋੜ ਮਿਲ ਗਏ ਤੇ ਬਹਿ ਗਿਆ ਆਰਾਮ ਨਾਲ ਤੇ ਕਿਸੇ ਨੇ ਕੀ ਕਿਹਾ ਉਹ ਕਹਿੰਦਾ ਉਹ ਧਿਆਨ ਨਾਲ ਵਰਤਿਆ ਕਰ ਇੱਕ ਦਿਨ ਤਾਂ ਮੁੱਕ ਜਾਣਾ ਹੀ ਤੂੰ ਜਿਹੜਾ ਖੁੱਲੇ ਹੱਥੀ ਲੱਗਾ ਨਾ ਇੱਕ ਦਿਨ ਮੁੱਕ ਜਾਣਾ ਹੀ ਕਹਿੰਦਾ ਹਾਂਜੀ ਤੇ ਤਨਗੁਰ ਜੰਦੇ ਪਾਛਾ ਕਹਿੰਦਾ ਕਹਿੰਦੇ ਮੈਨੂੰ ਤੇ ਕਿਰਪਾ ਇਹੋ ਜੀ ਹੋ ਗਈ ਐਸਾ ਖਜ਼ਾਨਾ ਦਿੱਤਾ ਦੇਖੋ ਪਾਇਆ ਖਜ਼ਾਨਾ ਲਿਖਿਆ ਪਹਿਲਾਂ ਬੋਧ ਨੰਦਾਨਾ ਹੈ ਦੋਨੋਂ ਖਜ਼ਾਨਾ ਹੀ ਹੈ ਨਾ ਅੱਗੇ ਬਹੁਤ ਅਖਰ ਲਾਤਾ ਵਿੱਚ ਕਦ ਲਈ ਕਹਿੰਦੇ ਉਸ ਖਜ਼ਾਨੇ ਵਰਗਾ ਨਹੀਂ ਜਿਹੜਾ ਲਿਮਟ ਤੇ ਵੱਧਾ ਮੁੱਕ ਜਾਊਗਾ ਕਹਿੰਦੇ ਅਸੀਂ ਦਾਤ ਮਿਲ ਗਈ ਐ ਨਾ ਬਾਦ ਖੈਨਾ ਕਾਟ ਖੈਨਾ ਬਾਦ ਕਾਟ ਬਹੁਤ ਕਹਿੰਦੇ ਹੁਣ ਨਹੀਂ ਮੁੱਕਦਾ ਇਹ ਨਹੀਂ ਮੁੱਕਦਾ ਕਿੱਥੋਂ ਮਿਲੀ ਦਾਤ ਗੁਰੂ ਕੋਲੋਂ ਗੁਰ ਲੈ ਅਸੀਂ ਗੁਰੇ ਨਹੀਂ ਲਿਆ ਗੁਰੇ ਨਹੀਂ ਲਿਆ ਸਾਡੀ ਬਿਰਤੀ ਨਹੀਂ ਬਣੀ ਸਾਡੇ ਦੀ ਬਰਤੀ ਇੱਥੇ ਤੱਕ ਸੀਮਤ ਆ ਕਿ ਮੈਂ ਸਵੇਰੇ ਉੱਠਿਆ ਪਾਠ ਕਰ ਲਿਆ ਕੰਮ ਨਿਬੜ ਗਿਆ ਖਤਮ ਰਾਮ ਗਣੀ ਉਹ ਗੁਰੂ ਜੀ ਕਹਿੰਦੇ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ गावे ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਉਹ ਕਹਿੰਦੇ ਨਾਮ ਤੇ ਦਿਨ ਚੜਿਆ ਗੁਰਬਾਣੀ गा ਨਿਤਨੇਮ ਕਰ ਕਰ ਲਈ ਕਹਿੰਦਾ ਜੀ ਤੇ ਫਿਰ ਇਹ ਤੇ ਅਮਲ ਕਦੋਂ ਕਰੇਗਾ ਇਹਦੀ ਆਖੇ ਕਦੋਂ ਲੱਗੇਗਾ ਹੈ ਨਾ ਹੁਣ ਤੁਸੀਂ ਸਾਫ ਲਾਓ ਬੱਚਾ ਪੜਦਾ ਰਿਹਾ 10ਵੀਂ ਜਮਾਤ ਤੱਕ ਰੋਜ਼ ਸਕੂਲ ਜਾਂਦਾ ਰਿਹਾ ਰੋਜ਼ ਪੜਦਾ ਰਿਹਾ ਆਉਂਦਾ ਕੱਖ ਨਹੀਂ ਕੀ ਕਹਿੰਦੇ ਹੋ ਕਾਹਦਾ ਪੜਿਆ ਤੂੰ ਕਾਹਦਾ ਪੜਿਆ ਤੂੰ ਜੇ ਗੁਰੂ ਸਾਹਿਬ ਨੇ ਵੀ ਕਹਿੰਦੇ ਕਹਿੰਦੇ ਫੇ ਤੂੰ ਕਾਹਦਾ ਪੜਿਆ ਕਹਿੰਦਾ ਕੀ ਕੀ ਪੜਿਆ ਹੀ ਫਿਰ ਜੇ ਤੈਨੂੰ ਇਹ ਤੱਕ ਗੁਰਮਤਿ ਨਹੀਂ ਮਿਲੀ ਤੇ ਤੈਨੂੰ ਯੁਕਤੀ ਦੀ ਮਤ ਨਹੀਂ ਮਿਲੀ ਗੁਰ ਦੀ ਮਤ ਨਹੀਂ ਮਿਲੀ ਤੂੰ ਲਈ ਨਹੀਂ ਇਹਦੇ ਪੜਿਆ ਕੀ ਆ ਤੂੰ ਫਿਰ whatever ਫਿਰ ਬੜੀ ਸੋਹਣੀ ਗੱਲ ਕਹੀ ਗੁਰੂ ਸਾਹਿਬ ਨੇ ਕਹਿੰਦਾ ਪੜੇ ਸੁਣੇ ਕੀ ਹੋਈ ਜੋ ਸੱਚ ਨੇ ਮਿਲਿਆ ਸੁਈ ਕਹਿੰਦਾ ਪੜ ਸੁਣ ਕੇ ਕੀ ਹੋ ਜਾਊ ਤੇ ਤੇਰੀ ਮਨ ਬਿਰਤੀ ਦੇ ਅੰਦਰ ਆਤਮਿਕ ਡੋਲਤੇ ਨਹੀਂ ਬਣੀ ਬਣੀ ਕਿਥੋਂ ਗੁਰਬਾਣੀ ਦੀ ਵਿਚਾਰ ਚੱਲੇ ਅੰਦਰ ਤੇ ਬਣੇ ਮੰਨੀ ਨਹੀਂ ਜਦੋਂ ਗੁਰਬਾਣੀ ਸਾਡੇ ਅੰਦਰ ਘਰ ਕਰੇਗੀ ਜਦੋਂ ਗੁਰਬਾਣੀ ਸਾਡੇ ਅੰਦਰ ਬੈਠੇਗੀ ਫੇਰ ਸਮ ਸਮਝ ਲਗਣੀ ਸੰਦੇ ਤੇ ਬਿੰਦੀ ਨਹੀਂ ਗੁਰਬਾਣੀ ਪੜਦੇ ਰਹੇ ਪੜਦੇ ਰਹੇ ਪੜਦੇ ਰਹੇ ਸੱਚ ਮਾਰਦਾ ਭੋਗ ਪਾਤਾ ਪਰ ਬੈਠਾ ਕੌਣ ਸੀ ਅੰਦਰ ਝੂਠ ਸੰਸਾਰ ਭਰਾਨੀ ਚੀਜ਼ ਮਿਲ ਜਾ ਕਿਤੇ ਗੁਰੂ ਪਿਆਰਿ ਆਪਾਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਆਪਣੇ ਮਤਲਬ ਦੀਆਂ ਸੰਸਾਰ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਤੋਂ ਕਢ ਲਈ ਆਪਈ ਇੱਥੇ ਆਲੇ ਕਿ ਆ ਇੱਥੇ ਆਲੇ ਕਿ ਲਾਉਂ ਕੀ ਲਿਖੇ ਕਰਾ ਤੁਸੀਂ ਕੀ ਮੰਗਣਾ ਨਹੀਂ ਹਾਂਜੀ ਤੇ ਬਣਜ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਆ ਦਸੋਣ ਲਿਖਿਆ ਜੀ ਲਿਖਿਆ ਕਹਿੰਦਾ ਫਿਰ ਹੁਣ ਉਹ ਤੇ ਕਹਿੰਦਾ ਜੋ ਵੀ ਮੰਗੇਗਾ ਉਹੀ ਮਿਲੂਗਾ ਬਿਲਕੁਲ ਸਹੀ ਹੈ ਲਿਖਿਆ ਕਹਿੰਦਾ ਹੁਣ ਦਸਤਲਾ ਕੀ ਜਵਾਬ ਦੇਓਗੇ ਸੁਣ ਲਾ ਫਿਰ ਪੜ ਕਹਿੰਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਬਸ ਕਹਿੰਦਾ ਹਾਂ ਬਸ ਐ ਭਾਈ ਕੌਣ ਨਾ ਸਭ ਨੂੰ ਕੌਣ ਮੰਗਣ ਦੀ ਹਿੰਮਤ ਰੱਖਦਾ ਗੁਰੂ ਚੰਨਾਂ ਦੇ ਵਿੱਚੋਂ ਪਰਮਾਤਮਾ ਦੇ ਕੋਲੋਂ ਕੌਣ ਮੰਗਣ ਦੀ ਹਿੰਮਤ ਰੱਖਦਾ ਕਿਹਦੇ ਲਈ ਲਿਖੀ ਪੰਕਤੀ ਹੈ ਕਹਿੰਦਾ ਬਾਬਾ ਜੀ ਕਿਹਦੇ ਲਈ ਲਿਖੀ ਸਾਰਿਆਂ ਲਈ ਕੰਕ ਸਾਹਿਬ ਏੰਦਰੰਕਾਰਿਆ ਇਹ ਇਕੱਲਾ ਮਨੁੱਖ ਲਈ ਨਹੀਂ ਹੈ ਇਹ 84 ਲੱਖ ਜੂਨ ਤੇ ਪ੍ਰਕਾਸ਼ ਕਰਦਾ ਵਾਹ ਵਾਹ ਬਾਣੀ ੰੰਕਾਰ 84 ਲੱਖ ਜੂਨ ਤੇ ਚੰਨਣਾ ਇਹਦਾ 84 ਲੱਖ ਜੂਨ ਦੀ ਗੱਲ ਕਰਦੇ ਤਦ ਗੁਰੂ ਗ੍ਰੰਥ ਸਾਹਿਬ ਜੀ ਤੇ ਤੂੰ ਤੇ ਮੰਗ ਲਿਆ ਤੇ ਕੋਈ ਤੇਨੇ ਮੰਗਿਆ ਕੁਛ ਨਹੀਂ ਉਹਨੂੰ ਮਿਲਦਾ ਨਹੀਂ ਕੁਛ ਵੀ ਤਾਂ ਹੀ ਤੇ ਸਮਝਾਇਆ ਉਹਨਾਂ ਨੇ ਕਿ ਜਲ ਵਿੱਚ ਜੰਤੋਂ ਪੈਣ ਤੇ ਨਾ ਵੀ ਰੋਜੀ ਦੇ ਹੁਣ ਜਲ ਦੇੰਦ ਤੂਤ ਨਹੀਂ ਰਹਿਣ ਦੇ ਨਾ ਜਲ ਤੇ ਜੀਵ ਜੰਤੂ ਰਹਿਣ ਦੇ ਉਹਨਾਂ ਰੋਟੀ ਰੋਜੀ ਦੇਣ ਦੇ ਨੇ ਤੇ ਤੂੰ ਵੀ ਮੰਗਣ ਦੇ ਆ ਕਹਿੰਦਾ ਕਿ ਦਾਦੇ ਬੰਦੇਓ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਉਹ ਭਈ ਵੇਖੋ ਮੰਗਣ ਜੋਗਾ ਕੌਣ ਆ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉਹ ਸੱਚ ਹੋਏ ਨਾਨਕ ਦਾਸ ਨਾਨਕ ਗੁਰੂ ਜੀ ਕਹਿ ਰਹੇ ਕਹਿੰਦੇ ਜਿਹੜਾ ਪਰਮਾਤਮਾ ਦਾ ਦਾਸ ਹੈ ਨਾ ਦਾਸ ਜਿਹਦਾ ਦਾ ਭਗਤ ਬਣ ਗਿਆ ਜਿਹਦਾ ਨਾਤਾ ਜੁੜ ਗਿਆ ਉਹ ਜੋ ਵੀ ਮੰਗੇਗਾ ਉਹਨੂੰ ਮਿਲੇਗਾ ਉਹਦਾ ਇੱਥੇ ਵੀ ਤੇ ਦਰਗਾਹ ਤੇ ਬਾਤ ਜਿਹੜੀ ਉਹ ਸੱਚ ਹੋਵੇਗੀ ਉਧਰ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਹਿੰਦੇ ਰੱਬ ਦਾ ਪਿਆਰਾ ਜੋ ਵੀ ਰੱਬ ਕੋ ਮੰਗੇਗਾ ਉਹਨੂੰ ਮਿਲੇਗਾ ਮੰਗੇਗਾ ਕਿ ਰੱਬ ਦਾ ਪਿਆਰਾ ਜਿਹਦੇ ਅੰਦਰ ਇਹ ਚੀਜ਼ ਪ੍ਰਗਟ ਹੋ ਗਈ ਹੈ ਜਿਹਦਾ ਨਾਤਾ ਪਰਮਾਤਮਾ ਨਾਲ ਜੁੜ ਗਿਆ ਉਹ ਕਦੀ ਨਹੀਂ ਧੀਆਂ ਪੁੱਤਰ ਕਾਰਾਂ ਗੁੱਠੀਆਂ ਮੰਗਦਾ ਉਹ ਤੇ ਮੰਗਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਤੇ ਮੰਗਦਾ ਹੀ ਨਹੀਂ ਮੈਨੂੰ ਆ ਚੀਜ਼ ਦੇ ਦੇ ਮੰਗਦਾ ਹੀ ਨਹੀਂ ਉਹ ਤੇ ਬਿਰਤੀ ਨਹੀਂ ਰੈਂਦੀ ਮੰਗਣ ਵਾਲੀ ਹਵੀ ਖਾਲਸਾ ਹੱਸ ਕੇ ਕਹਿੰਦਾ ਕਦੀ ਗੋਰੀ ਨਹੀਂ ਕੀਤੀ ਕਿਉਂਕਿ ਇੱਕੋ ਪੰਕਤੀ ਪੜ੍ਹੀ ਆਪਾਂ ਸਾਡੇ ਮਤਲਬ ਦੀ ਹੈ ਉਹ ਸਾਡੀ ਆਪਣੀ ਸੋਚ ਤੱਕ ਸੀਮਤ ਹੈ ਬਸ ਨਹੀਂ ਗੁਰਬਾਣੀ ਪੜ੍ਹਨ ਲੱਗਿਆਂ ਸਭ ਤੋਂ ਪਹਿਲਾਂ ਜਦੋਂ ਗੁਰੂ ਗੰਗਾ ਸਾਹਿਬ ਚੰਨਾ ਜੀ ਬਹਿ ਗਏ ਗੁਟਕਾ ਲੈ ਕੇ ਬਹਿ ਗਏ ਸਭ ਤੋਂ ਪਹਿਲਾਂ ਕੰਮ ਕਰਿਆ ਕਰੋ ਆਪਣੀ ਮਤ ਜਿਹੜੀ ਆ ਗੁਰੂ ਚੰਨਾ ਚ ਭੇਟ ਕਰ ਦਿਓ ਦੇ ਦਿਓ ਦੇ ਦੇ ਗੁਰੂ ਨੂੰ ਤਾਂ ਗੁਰੂ ਗੰਗਾ ਸਾਹਿਬ ਜੀ ਨੂੰ ਕਹੋ ਬੈ ਲਾਂ ਕਿ ਮੈਂ ਬਾਣੀ ਪੜਨ ਲੱਗਾ ਗੁਰੂ ਸਾਹਿਬਾਂ ਮੈਨੂੰ ਕੁਝ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਕਹਿੰਦੇ ਮੰਗ ਲਾ ਕੁਛ ਨਾ ਕੁਛ ਤੇ ਕਿਦਾਂ ਨਹੀਂ ਕੁਝ ਨਹੀਂ ਚਾਹੀਦਾ ਕਿਰਪਾ ਕਰਿਓ ਇੱਕੋ ਚੀਜ਼ ਦੇ ਦਿਓ ਕਿ ਤੁਹਾਡੇ ਬੋਲਾਂ ਦੀ ਸੋਝੀ ਆ ਜਾਵੇ ਕੁਛ ਨਹੀਂ ਚਾਹੀਦਾ ਜਿੱਦਾਂ ਤੁਸੀਂ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ ਉਦੋਂ ਸਮਝ ਲਓ ਤੁਸੀਂ ਲੈ ਗਏ ਸਭ ਕੁਝ ਤੁਸੀਂ ਲੁਟੇਰੇ ਬਣ ਕੇ ਆਏ ਹੋ ਤੁਹਾਨੂੰ ਮਤ ਆਊਗੀ ਤੁਸੀਂ ਗੁਰਬਾਣੀ ਪੜ੍ਹ ਕੇ ਦੇਖੋ ਆਨੰਦ ਵੱਖਰਾ ਹੀ ਹੋਊ ਅਜ ਜਦੋਂ ਤੁਸੀਂ ਮਨ ਧਾਰ ਲੈਨੇ ਹੋ ਕਿ ਮੇਰਾ ਕੰਮ ਨਹੀਂ ਬਣਿਆ ਗੁਰਬਾਣੀ ਪੜ੍ਹਦੇ ਮਰਾਲ ਡਾਊਨ ਹੋਣ ਲੱਗ ਪੈਂਦਾ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਤੇ ਮੈਂ ਇੱਥੇ ਐਵੇਂ ਪਾਠ ਕਰੀ ਜਾਂਦੇ ਆ ਤਾਂਦੇ ਉੱਥੇ ਪਤਾ ਨਹੀਂ ਅੱਜ ਜਿਤਨਾ ਕਿ ਨਹੀਂ ਜਿਤਨਾ ਤੁਸੀਂ ਕਹਦੇ ਹੋ ਕੁਝ ਨਹੀਂ ਚਾਹੀਦਾ ਫਿਰ ਪੜ੍ਹ ਕੇ ਦੇਖਿਓ ਹੈਰਾਨ ਹੋਵੋਗੇ ਵੀ ਕਮਾਲ ਆ ਅੱਜ ਕਦੀ ਸਮਝ ਲੱਗੀ ਨਹੀਂ ਗੁਰਬਾਣੀ ਦੀ ਸਮਝ ਲੱਗਣ ਲੱਗ ਪਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਅੰਦਰੋਂ ਨਿਕਲੂਗੀ ਆਵਾਜ਼ ਅੰਦਰੋਂ ਤੁਹਾਡਾ ਮਨ ਅੰਦਰੋਂ ਕਰੀ ਜਾਊਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਤੁਹਾਨੂੰ ਤੁਹਾਨੂੰ ਤੁਸੀਂ ਤੁਹਾਨੂੰ ਤੁਸੀਂ ਕਦੋਂ ਨਿਕਲਦਾ ਜਦੋਂ ਕਿ ਇਹਦੀ ਗੱਲ ਸਮਝ ਲੱਗ ਜਾਏ ਗੱਲ ਨਾ ਸਮਝ ਆ ਜਾਏ ਮੂੰਹ ਤੋਂ ਤਨ ਤਨ ਕਰੀ ਜਾਓ ਮਨ ਕਦੀ ਕਹਿੰਦਾ ਨਹੀਂ ਤਨ ਕੀ ਕਹਿੰਦਾ ਮਨ ਕੰਮ ਤੇ ਬਣੇ ਨਹੀਂ ਕਹਦਾ ਤਨ ਸੁਭਰਤੀ ਬਣਾਓ ਗ੍ਰਤੀ ਬਣਾਓ ਫੇ ਗੁਰੂ ਸਾਹਿਬ ਬਣ ਕੇ ਲਗੇ ਸੰਤ ਮੇਰੀ ਆਪ ਖੜਾ ਸੰਤ ਕਹਿੰਦੇ ਸੈਦਾ ਲਈ ਤਨ ਗੁਰੂ ਜੀ ਦੇ ਪਾਸ਼ਾ ਕਹਿੰਦੇਓ ਭਾਈ ਗੱਲ ਸੁਣੋ ਇਹ ਸਭ ਕੁਝ ਪਰਮਾਤਮਾ ਆਪ ਹੀ ਇਹਨਾਂ ਕੁਝ ਕਰ ਲਈ ਸੈਦਾ ਲਈ ਆਪ ਹੀ ਖੜਾ ਹੋਇਆ ਸੀ ਦੇਖੋ ਕਿਤੇ ਕੀ ਉਹਨਾਂ ਨੇ ਪਈ ਮੈਂ ਸੁਖਣਾ ਸੁਖੀ ਸੀ ਤੇ ਮੈਂ ਮਿਹਨਤ ਬੜੀ ਕੀਤੀ ਸੰਸਾਰੀ ਬੰਦਾ ਪੁੱਤ ਲੈ ਕੇ ਕਹਿ ਬੈਠਾ ਮੈਂ ਮਿਹਨਤ ਕੀਤੀ ਪਰ ਜਿੰਨਾ ਅੰਦਰ ਪ੍ਰਕਾਸ਼ ਹੋ ਜਾਂਦਾ ਉਹ ਕੀ ਕਹਿੰਦੇ ਭਾਈ ਕੁਝ ਵੀ ਨਹੀਂ ਕੀਤਾ ਜੋ ਕੁਝ ਕੀਤਾ ਮੇਰੇ ਮਾਲਕ ਨੇ ਹੀ ਕੀਤਾ ਸੋ ਭਈ ਸਮਾ ਹੋ ਗਿਆ ਮਾਲਕ ਚੜ੍ਹਦੀਆਂ ਗੱਲਾਂ ਕਰੇ ਆਓ ਇੱਥੇ ਸਮਾਪਤੀ ਕਰਦੇ ਫਿਰ ਤੇ ਗਜਾਈਏ ਵਾਹ ਓਰ ਜੀ ਕਾ ਖਾਲਸਾ ਵਾਹ ਓਰ ਜੀ ਕੀ ਫਤਿਹ